ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਆਪ ਸਮੂਹ ਸਾਧ ਸੰਗਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਉਹਨਾਂ ਦੀ ਮਿੱਠੀ ਪਿਆਰੀ ਯਾਦ ਨੂੰ ਇਹ ਗੁਰਮਤ ਦੀਵਾਨ ਸਮਰਪਿਤ ਕਰ ਰਹੇ ਹੋ। ਆ ਕੁਛ ਦਿਨ ਪਹਿਲਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਬਾ ਹਰਬੰਸ ਸਿੰਘ ਜੀ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ ਹੈ। ਆਓ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚੋਂ ਸੇਵਾ ਔਰ ਸੇਵਕ ਦੇ ਸੰਬੰਧ ਵਿੱਚ
ਕੁਛ ਵਿਚਾਰ ਆਪ ਜੀ ਨਾਲ ਸਾਂਝੇ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਸੇਵਾ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਹੈ ਔਰ ਜੋ ਆਪਣਾ ਜੀਵਨ ਸੇਵਾ ਨੂੰ ਸਮਰਪਿਤ ਕਰ ਦਿੰਦਾ ਹੈ ਉਸ ਨੂੰ ਆਪਾਂ ਸੇਵਕ ਕਹਿੰਦੇ ਹਾਂ ਤੇ ਸੇਵਕ ਜਿਹਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਨੂੰ ਸਮਰਪਿਤ ਕਰ ਦਿੱਤੀ ਹੋਵੇ ਤੇ ਐਸੇ ਸੇਵਕ ਦਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸਾਨੂੰ ਸਮਝਾਉਣ ਵਾਸਤੇ ਬਖਸ਼ਿਸ਼ ਕਰਦੀ ਹੈ। ਆਓ ਪਹਿਲਾਂ ਤਾਂ ਸ਼ਬਦ ਆਪ ਜੀ ਨਾਲ ਜੋ ਸੇਵਾ ਸ਼ਬਦ ਹੈ ਉਹ ਜ਼ਰੂਰ ਸਾਂਝਾ ਕਰ ਸਕਾਂ। ਕੇਵਲ ਇਹ ਗੁਰਮਤ ਦੇ ਅੰਦਰ ਇਸ ਸ਼ਬਦ ਨੂੰ ਇਤਨੀ ਮਹਾਨਤਾ ਦਿੱਤੀ ਗਈ ਕਿ ਸੇਵਾ ਦਾ ਅਰਥ ਇਉਂ ਕਰ ਲਈਏ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਆਪ ਮਾਲਕ ਦੇ ਚਰਨਾਂ ਵਿੱਚ ਭੇਟ ਕਰਕੇ ਜਿਹੜੇ ਕੰਮ ਸੰਸਾਰ ਦੇ ਲੋਕ ਦੌਲਤ ਲੈ ਕੇ, ਦਿਹਾੜੀ ਲੈ ਕੇ, ਮਜ਼ਦੂਰੀ ਨਾਲ ਕਰਦੇ ਹੋਣ, ਉਹਨਾਂ ਕੰਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਿਨਾਂ ਕਿਸੇ ਸਵਾਰਤ ਤੋਂ ਸਮਰਪਿਤ ਹੋ ਕੇ ਸਾਰਾ ਜੀਵਨ ਉਹ ਕਾਰ ਕਰਦੇ ਰਹਿਣਾ, ਸੱਚ ਇਹ ਵੇ ਉਹ ਕਾਰ ਵੀ ਇੱਕ ਦਿਨ ਫਿਰ ਸੇਵਾ ਬਣ ਜਾਂਦੀ ਹੈ। ਮੈਂ ਸ਼ਬਦ ਕਾਰ ਸੇਵਾ ਤੋਂ ਪ੍ਰਾਰੰਭ ਕਰਕੇ ਸੇਵਾ ਔਰ ਸੇਵਕ ਦੇ ਸੰਬੰਧ ਵਿੱਚ ਬੇਨਤੀ ਕਰਨੀ ਚਾਹਾਂਗਾ। ਧਿਆਨ ਦਿਆ ਜੇ ਆਪ ਮੇਰੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਦੇਖੋ ਕਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰੀ ਆਇਆ ਹੈ ਤੇ ਕਾਰ ਦੇ ਅਖਰੀ ਅਰਥ ਨੇ ਕੰਮ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਵੀ ਇਸ ਸ਼ਬਦ ਨੂੰ ਪੜ੍ਹਦੇ ਹਾਂ ਕਿ ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਕਾਰ ਦਾ ਅਰਥ ਹੁੰਦਾ ਕੰਮ। ਜਿਵੇਂ ਹਜ਼ੂਰ ਨੇ ਬਾਣੀ ਵਿੱਚ ਆਸਾ ਕੀ ਵਾਰ ਵਿੱਚ ਵੀ ਬਖਸ਼ਿਸ਼ ਕੀਤੀ ਹੈ, ਹਉ ਮੂਰਖ ਕਾਰੈ ਲਾਈਆ, ਕਾਰੈ ਦਾ ਅਰਥ ਵੀ ਉੱਥੇ ਕੰਮ ਹੈ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਕਾਰ ਸ਼ਬਦ ਜੋ ਹੈ ਉਹ ਕੰਮ ਲਈ ਵਰਤਿਆ ਹੈ। ਕੋਈ ਵੀ ਕੰਮ ਆਪਾਂ ਕਰਨੇ ਹਾਂ ਤੇ ਉਹਦੇ ਲਈ ਸ਼ਬਦ ਕਾਰ ਵਰਤਿਆ ਜਾਂਦਾ ਹੈ। ਪਰ ਆਮ ਤੌਰ 'ਤੇ ਕੰਮ ਤਾਂ ਅਨੇਕਾਂ ਲੋਕ ਕਰਦੇ ਪਏ। ਅਸੀਂ ਦੇਖਦੇ ਹਾਂ ਕਿ ਆਹ ਸੜਕਾਂ ਦੇ ਉੱਪਰ ਰੋਜ਼ ਝਾੜੂ ਲਾਉਣ ਵਾਲੇ ਵੀ ਤਾਂ ਕਾਰ ਕਰ ਰਹੇ ਨੇ, ਉਹ ਕੰਮ ਕਰ ਰਹੇ ਨੇ। ਗੁਰਦੁਆਰੇ ਅੰਦਰ ਵੀ ਝਾੜੂ ਲਾਇਆ ਜਾਂਦਾ ਪਰ ਸੜਕਾਂ ਉੱਤੇ ਵੀ ਝਾੜੂ ਲਾਉਂਦੇ ਹਾਂ ਤੇ ਘਰਾਂ ਵਿੱਚ ਬੀਬੀਆਂ ਆਪਣੇ ਘਰ ਵਿੱਚ ਵੀ ਝਾੜੂ ਲਾਉਂਦੀਆਂ ਨੇ, ਕਾਰ ਉਹ ਵੀ ਕਰ ਰਹੀਆਂ ਨੇ।
ਪਰ ਉਹ ਕੱਲੀ ਕਾਰਕ ਹੈ, ਉਹ ਸੇਵਾ ਨਹੀਂ। ਸਾਰੀ ਜ਼ਿੰਦਗੀ ਝਾੜੂ ਲਾਉਣ ਵਾਲਾ ਬੰਦਾ, ਉਹਦੇ ਅੰਦਰ ਦੀ ਕੋਈ ਤਰੱਕੀ ਨਹੀਂ, ਆਤਮਕ ਜੀਵਨ ਦੀ ਕੋਈ ਤਰੱਕੀ ਨਹੀਂ। ਉਹ ਫਿਜ਼ੀਕਲ ਤੌਰ 'ਤੇ ਵਰਕ ਕਰ ਰਿਹਾ, ਕੰਮ ਕਰ ਰਿਹਾ, ਪਰ ਉਹਦੇ ਮਨ ਦਾ ਪੱਧਰ, ਅੰਦਰ ਦੀ ਸੁਰਤ ਦਾ ਉਹ ਖੇੜਾ ਨਹੀਂ। ਮੈਂ ਫਿਰ ਬੇਨਤੀ ਕਰਾਂ ਕਿ ਘਰ ਵਿੱਚ ਵੀ ਝਾੜੂ ਲਾਇਆ ਜਾਂਦਾ, ਸੜਕਾਂ 'ਤੇ ਵੀ ਝਾੜੂ ਲਾਉਂਦੇ ਨੇ ਲੋਕ, ਦੁਕਾਨਾਂ 'ਤੇ ਵੀ ਝਾੜੂ ਲਾਉਂਦੇ ਨੇ, ਪਰ ਉਹੀ ਝਾੜੂ ਵਾਲਾ ਕੰਮ ਜਦੋਂ ਕੋਈ ਗੁਰਦੁਆਰੇ ਵੀ ਜਾ ਕੇ ਕਰਦਾ, ਅਤੇ ਜਾਂ ਫਿਰ ਬਾਹਰ ਮਾਨਵਤਾ ਦੇ ਭਲੇ ਲਈ ਕਰਦਾ, ਸੱਚ ਇਹ ਵੇ ਕਿ ਉਹ ਲਾਇਆ ਹੋਇਆ ਝਾੜੂ ਕੇਵਲ ਕਾਰ ਨਹੀਂ, ਉਹ ਕਾਰ ਸੇਵਾ ਬਣ ਜਾਂਦੀ ਹੈ। ਦੂਸਰੀ ਬੇਨਤੀ, ਬਰਤਨ ਆਪਾਂ ਘਰਾਂ ਵਿੱਚ ਵੀ ਮਾਂਜਦੇ ਹਾਂ, ਬਰਤਨ ਰੈਸਟੋਰੈਂਟ ਵਿੱਚ ਵੀ ਲੋਕ ਮਾਂਜਦੇ ਪਏ ਨੇ, ਅਤੇ ਬਰਤਨ ਜਿੱਥੇ ਲੰਗਰ ਲਾਇਆ ਜਾਏ, ਭਾਵੇਂ ਉਹ ਮੈਦਾਨ ਹੋਵੇ ਅਤੇ ਭਾਵੇਂ ਗੁਰਦੁਆਰਾ ਹੋਵੇ, ਜਦੋਂ ਪਰਮਾਤਮਾ ਦਾ ਨਾਮ ਲੈ ਕੇ ਕੋਈ ਲੰਗਰ ਲਾਉਂਦਾ, ਅਤੇ ਅਸੀਂ ਉਸ ਲੰਗਰ ਦੇ ਭਾਂਡੇ ਮਾਂਜਦੇ ਹਾਂ, ਉਹ ਭਾਂਡੇ ਮਾਂਜਣੇ ਘਰ ਵਰਗੇ ਜਾਂ ਰੈਸਟੋਰੈਂਟ ਵਰਗੇ ਨਹੀਂ। ਸੱਚ ਇਹ ਵੇ ਕਿ ਗੁਰੂ ਕੇ ਲੰਗਰ ਦੇ ਅੰਦਰ ਮਾਂਜੇ ਹੋਏ ਭਾਂਡੇ ਕੱਲੀ ਕਾਰ ਨਹੀਂ, ਉਹ ਕਾਰ ਸੇਵਾ ਬਣ ਜਾਂਦੇ। ਅਸੀਂ ਇੱਕ ਇੱਕ ਨੁਕਤਾ ਲਵਾਂਗੇ। ਦੇਖੋ, ਇੱਕ ਆਦਮੀ ਸਿਰ ਦੇ ਉੱਪਰ ਟੋਕਰੀਆਂ ਢੋਂਦਾ ਹੈ। ਮੈਂ ਬੇਨਤੀ ਕੀਤੀ ਕਾਰਦਾਰ ਅਤੇ ਕੰਮ, ਕੰਮ ਸਾਰੀ ਦੁਨੀਆ ਕਰਦੀ ਏ, ਪਰ ਕੰਮ ਸੇਵਾ ਬਣ ਜਾਣਾ ਇਹ ਕਿਸੇ ਟਾਵੇਂ ਟਾਵੇਂ ਦੇਖੀ ਸੇ ਆਉਂਦਾ ਹੈ। ਆਪਣੇ ਸਿਰ ਦੇ ਉੱਪਰ ਟੋਕਰੀ, ਇੱਕ ਪੁੱਲ ਬਣਾਉਣ ਵਾਲਾ ਮਜ਼ਦੂਰ ਵੀ ਢੋ ਰਿਹਾ ਹੈ, ਸੜਕ ਉੱਪਰ ਮਿੱਟੀ ਪਾਉਣ ਵਾਲਾ ਵੀ ਟੋਕਰੀ ਢੋ ਰਿਹਾ, ਆਪਣੇ ਘਰ ਦਾ ਕੰਮ ਕਰਦੇ ਵੀ ਟੋਕਰੀ ਢੋਨੇ ਹਾਂ। ਪਰ ਸੱਚ ਇਹ ਵੇ ਕਿ ਇੱਕ ਸੜਕ 'ਤੇ ਟੋਕਰੀ ਢੋਣ ਵਾਲਾ, ਘਰ ਵਿੱਚ ਟੋਕਰੀ ਢੋਣ ਵਾਲਾ, ਆਪਣੇ ਮਕਾਨ ਨੂੰ ਬਣਾਉਣ ਲੱਗਿਆ ਟੋਕਰੀ ਢੋਣ ਵਾਲਾ, ਉਹ ਕਈ ਸਾਲ ਸਿਰ 'ਤੇ ਟੋਕਰੀ ਢੋਈ ਜਾਂਦਾ, ਪਰ ਸੱਚ ਇਹ ਵੇ ਉਹਦੇ ਅੰਦਰ ਦੀ ਆਤਮਕ ਤਰੱਕੀ ਕੋਈ ਨਹੀਂ। ਉਹ ਫਿਜ਼ੀਕਲ ਵਰਕ ਕਰ ਲਿਆ, ਪਰ ਦੂਸਰੇ ਪਾਸੇ ਇੱਕ ਆਪਣੇ ਸਿਰ 'ਤੇ ਟੋਕਰੀ ਚੁੱਕਦਾ, ਅਤੇ ਸਿਰ ਉੱਪਰ ਟੋਕਰੀ ਹੈ, ਅਤੇ ਰਸਨਾ ਉੱਪਰ ਗੁਰੂ ਦਾ ਨਾਮ ਹੈ, ਅਤੇ ਜਦੋਂ ਉਹੀ ਟੋਕਰੀ ਢੋਣ ਵਾਲਾ ਗੁਰਦੁਆਰੇ ਵੀ ਸੇਵਾ ਕਰਦਾ ਅਤੇ ਰਸਨਾ ਤੋਂ ਨਾਮ ਜਪਦਾ, ਸੱਚ ਇਹ ਵੇ ਉਹਦੀ ਟੋਕਰੀ ਕਾਰ ਨਹੀਂ ਰਹਿੰਦੀ, ਉਹ ਸੇਵਾ ਬਣ ਜਾਂਦੀ ਹੈ। ਅਤੇ ਜਿਉਂ ਜਿਉਂ ਅੰਦਰੋਂ ਨਾਮ ਜਪਦਾ, ਸੇਵਾ ਦੇ ਨਾਲ ਨਾਲ ਸਿਮਰਨ, ਅਤੇ ਸਿਮਰਨ ਉਸਨੂੰ ਆਤਮਕ ਅਵਸਥਾ ਬਖਸ਼ ਦਿੰਦਾ। ਮੈਂ ਫਿਰ ਬੇਨਤੀ ਕਰਾਂ ਕਿ ਜਿਤਨੇ ਵੀ ਆਪਾਂ ਕੰਮ ਕਰਨੇ ਹਾਂ, ਇਹ ਸੰਸਾਰ ਦੇ ਸਾਰੇ ਕੰਮ ਇੱਕ ਕਾਰ ਨੇ, ਪਰ ਜਦੋਂ ਕੋਈ ਗੁਰੂ ਨੂੰ ਸਮਰਪਿਤ ਹੋ ਕੇ, ਪਰਮਾਤਮਾ ਨੂੰ ਸਮਰਪਿਤ ਹੋ ਕੇ, ਮਾਨਵਤਾ ਦੇ ਭਲੇ ਨੂੰ ਸਮਰਪਿਤ ਹੋ ਕੇ ਕੋਈ ਵੀ ਕੰਮ ਕਰਦਾ, ਉਹ ਭਾਵੇਂ ਗੁਰਦੁਆਰੇ ਵਿੱਚ ਕਰੇ, ਭਾਵੇਂ ਬਾਹਰ ਕਿਤੇ ਕਰੇ, ਉਹ ਹਰ ਕੀਤਾ ਹੋਇਆ ਕੰਮ ਸੱਚ ਇਵੇਂ ਪਰਮਾਤਮਾ ਦੀ ਸੇਵਾ ਬਣ ਜਾਂਦਾ। ਆਓ ਅਸੀਂ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਸੇਵਾ ਕਰਨ ਵਾਲੇ ਦੇ ਗੁਣਾਂ ਬਾਰੇ ਜ਼ਰੂਰ ਜਾਣੀਏ, ਕਿਉਂਕਿ ਬਾਬਾ ਹਰਬੰਸ ਸਿੰਘ ਹੋਣਾ ਨੇ ਆਪਣੀ ਸਾਰੀ ਜ਼ਿੰਦਗੀ ਕੇਵਲ ਗੁਰੂ ਧਾਮਾਂ ਦੀ ਸੇਵਾ ਨੂੰ ਹੀ ਸਮਰਪਿਤ ਕੀਤੀ ਹੈ। ਸੱਚ ਇਵੇਂ ਕਿ ਉਹਨਾਂ ਦਾ ਜੀਵਨ ਆਪ ਸਭ ਨੇ ਦੇਖਿਆ ਹੈ, ਉਹੀ ਉਹਨਾਂ ਕੋਲ ਖੱਦਰ ਦਾ ਚੋਲਾ ਹੈ, ਤੇੜ ਕਸ਼ਹਿਰਾ ਹੈ, ਸੀਸ ਉੱਪਰ ਸਾਦੀ ਦਸਤਾਰ ਹੈ, ਹੱਥ ਵਿੱਚ ਖੂੰਡਾ ਹੈ, ਪਰ ਆਪਣੇ ਪਰਿਵਾਰ ਲਈ, ਆਪਣੇ ਸਵਾਰਥ ਲਈ, ਆਪਣੇ ਕਿਸੇ ਘਰ ਦੇ ਜੀ ਲਈ ਕੁਛ ਨਹੀਂ। ਸਾਰੀ ਜ਼ਿੰਦਗੀ ਸੱਚ ਇਵੇ ਕਿ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਕੇਵਲ ਸੇਵਾਦਾਰੀ ਹੀ ਕੀਤੀ ਹੈ, ਆਪਣਾ ਆਪ ਸਮਰਪਿਤ ਕਰ ਦਿੱਤਾ। ਅਸੀਂ ਬਾਣੀ 'ਚੋਂ ਦੇਖਾਂਗੇ ਜਿਉਂ ਜਿਉਂ
ਕਿਉਂ ਤੂੰ ਸਾਨੂੰ ਸੇਵਾਦਾਰ ਦੇ ਜੀਵਨ ਦੀ, ਸੇਵਾਦਾਰ ਦੀ ਕਰਨੀ ਕਮਾਣੀ ਉਹਦੀ ਸੰਬੰਧ ਵਿੱਚ ਜ਼ਰੂਰ ਸਮਝ ਪਏਗੀ। ਮੈਂ ਕੁਝ ਬੇਨਤੀਆਂ, ਆਸਾ ਕਿ ਵਾਰ ਵਿੱਚੋਂ ਇੱਕ ਸ਼ਬਦ, ਖਾਸ ਕਰਕੇ ਹਜ਼ੂਰ ਦੀ 7ਵੀਂ ਪੌੜੀ ਆਸਾ ਕੀ ਵਾਰ ਦੀ, ਉਹ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਪਹਿਲੀ ਗੱਲ, ਜਿਸ ਨੇ ਸੇਵਾ ਕਰਨੀ ਹੈ ਉਹਨੇ ਕੋਈ ਮੰਜ਼ਿਲ ਮਿੱਥ ਕੇ ਉਹ ਤੁਰਿਆ ਹੈ। ਬਗੈਰ ਮੰਜ਼ਿਲ ਮਿੱਥਣ ਤੋਂ, ਬਗੈਰ ਟਾਰਗੇਟ ਬਣਾਉਣ ਤੋਂ ਉਹ ਤੁਰਦਾ ਨਹੀਂ। ਉਸ ਸੇਵਾ ਕਰਨ ਵਾਲੇ ਨੇ ਆਪਣੀ ਮੰਜ਼ਿਲ ਮਿੱਥੀ ਹੈ ਕਿ ਮੈਂ ਆਪਣੇ ਜੀਵਨ ਨੂੰ ਸਫਲਾਉਣ ਦੇ ਲਈ ਸੇਵਾ ਦਾ ਸਹਾਰਾ ਲਿਆ, ਅਤੇ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਵੱਡੇ ਦੀਆਂ ਸਿਫਤਾਂ ਕਰਦਿਆਂ, ਉਸ ਵੱਡੇ ਅਕਾਲ ਪੁਰਖ ਦੀ ਵਡਿਆਈ ਕਰਦਿਆਂ ਉਹਦੇ ਵਿੱਚ ਸਮਾ ਜਾਣਾ ਹੈ। ਜਿਵੇਂ ਅਸੀਂ ਇਹ ਪੌੜੀ ਪੜ੍ਹਦੇ ਹਾਂ, ਉਹ ਖਾਸ ਕਰਕੇ ਸੇਵਾਦਾਰ ਦਾ ਜੀਵਨ ਹੈ। ਉਹ ਪੌੜੀ ਹੈ ਕਿ ਸੇਵ ਕੀਤੀ ਸੰਤੋਖ ਈ, ਧਿਆਨ ਦਿਆ ਜੇ ਸ਼ਬਦਾਂ ਵੱਲ, ਕਿ ਸੇਵਾ ਉਹਨੇ ਕੀਤੀ ਜਿਹਦੇ ਆਪਣੇ ਅੰਦਰ ਸੰਤੋਖ ਹੈ। ਧਿਆਨ ਦਿਆ ਜੇ ਇਸ ਪੌੜੀ ਵੱਲ, ਸੇਵ ਕੀਤੀ ਸੰਤੋਖ ਈ, ਸੰਤੋਖ ਨੂੰ ਧਾਰਨ ਕਰਨ ਵਾਲੇ ਨੇ ਸੇਵਾ ਕੀਤੀ, ਅਤੇ ਸੰਤੋਖ ਕਿਹਦੇ ਅੰਦਰ ਆਇਆ, ਜਿੰਨੀ ਸੱਚੋ ਸੱਚ ਤੇ ਆਇਆ, ਜਿੰਨੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਰਮਾਤਮਾ ਦਾ ਸਿਮਰਨ ਕੀਤਾ, ਸੱਚ ਏਵੇ ਸੱਚ ਨੂੰ ਧਿਆਉਣ ਵਾਲਾ ਉਹਦੇ ਅੰਦਰ ਹੀ ਸੰਤੋਖ ਆਉਂਦਾ, ਅਤੇ ਸੰਤੋਖ ਵਾਲਾ ਅੰਦਰ ਜਦੋਂ ਸੇਵਾ ਕਰਦਾ ਉਹ ਪਰਮਾਤਮਾ ਨੂੰ ਰਿਜਾ ਲੈਂਦਾ। ਮੈਂ ਇੱਥੇ ਥੋੜ੍ਹਾ ਜਿਹਾ ਰੁਕ ਕੇ ਇੱਕ ਦੋ ਬੇਨਤੀਆਂ ਕਰਨੀਆਂ ਨੇ। ਜਿਹੜਾ ਸੰਤੋਖ ਸ਼ਬਦ ਹੈ, ਇਹਦਾ ਸੰਬੰਧ ਕੇਵਲ ਦੌਲਤ ਨਾਲ ਨਹੀਂ। ਆਮ ਤੌਰ 'ਤੇ ਅਸੀਂ ਇਹ ਸ਼ਬਦ ਜਦੋਂ ਸੰਤੋਖ ਆਉਂਦਾ ਤਾਂ ਸਾਡੀਏ ਜ਼ਿਹਨ ਦੇ ਵਿੱਚ ਲਾਲਚ ਸ਼ਬਦ ਜ਼ਰੂਰ ਆਉਂਦਾ। ਲਾਲਚ ਦਾ ਸੰਬੰਧ ਅਸੀਂ ਇਕੱਲਾ ਦੌਲਤ ਨਾਲ ਬਣਾਉਂਦੇ, ਤ੍ਰਿਸ਼ਨਾ ਦਾ ਸੰਬੰਧ ਕੇਵਲ ਰੁਪਈਏ ਪੈਸੇ ਨਾਲ ਬਣਾਇਆ ਜਾਂਦਾ। ਨਹੀਂ ਪਿਆਰਿਓ, ਤ੍ਰਿਸ਼ਨਾ ਦਾ ਸੰਬੰਧ ਇਕੱਲਾ ਰੁਪਈਏ ਨਾਲ ਨਹੀਂ, ਤ੍ਰਿਸ਼ਨਾ ਦਾ ਸੰਬੰਧ ਤਾਂ ਮਨੁੱਖ ਦੇ ਪੂਰੇ ਸਰੀਰ ਦੇ ਨਾਲ ਹੈ। ਅਤੇ ਜਦੋਂ ਸੰਤੋਖ ਦੀ ਗੱਲ ਕਰਾਂਗੇ ਤਾਂ ਸੰਤੋਖ ਦਾ ਸੰਬੰਧ ਵੀ ਕੇਵਲ ਰੁਪਈਏ ਨਾਲ ਨਹੀਂ, ਸੰਤੋਖੀ ਦੇ ਜੀਵਨ ਦੇ ਇੱਕ ਇੱਕ ਇੰਦਰੇ ਉੱਤੇ ਸੰਤੋਖ ਦਾ ਪੂਰਾ ਪ੍ਰਭਾਵ ਹੁੰਦਾ ਹੈ। ਜਿਵੇਂ ਅਸੀਂ ਸਤ੍ਰਿਸ਼ਨਾ ਸ਼ਬਦ ਕਹਿੰਦੇ, ਮੈਂ ਬੇਨਤੀ ਕਰ ਰਿਹਾ ਕਿ ਸੇਵਾ ਕਰਨ ਵਾਲਾ ਸਭ ਤੋਂ ਪਹਿਲੀ ਗੱਲ ਉਹ ਸੰਤੋਖੀ ਹੈ। ਆਮ ਤੌਰ 'ਤੇ ਧਨ, ਉਹਦੇ ਨਾਲ ਤ੍ਰਿਸ਼ਨਾ ਸ਼ਬਦ ਜੋੜਨੇ ਆ। ਚੇਤੇ ਰੱਖਿਓ, ਧਨ ਦੀ ਤ੍ਰਿਸ਼ਨਾ ਸਾਡੇ ਮਨ ਦੀ ਤ੍ਰਿਸ਼ਨਾ, ਇਹਦੇ 'ਚ ਕੋਈ ਸ਼ੱਕ ਨਹੀਂ। ਮਨ ਚਾਹੁੰਦਾ ਮੇਰੇ ਕੋਲ ਹੋਰ ਹੋਵੇ ਹੋਰ ਹੋਵੇ, ਪਰ ਸਾਡੇ ਇੰਦਰੀਆਂ ਦੀ ਆਪਣੀ ਤ੍ਰਿਸ਼ਨਾ, ਆ ਅੱਖਾਂ ਦੀ ਆਪਣੀ ਤ੍ਰਿਸ਼ਨਾ, ਸਾਡੀ ਜ਼ਬਾਨ ਦੀ ਆਪਣੀ ਤ੍ਰਿਸ਼ਨਾ, ਸਾਡੇ ਕੰਨਾਂ ਦੀ ਆਪਣੀ ਤ੍ਰਿਸ਼ਨਾ, ਸਾਡੀ ਇੰਦਰੀਆਂ ਦੀ ਆਪਣੀ ਤ੍ਰਿਸ਼ਨਾ। ਸੱਚ ਇਹ ਕਿ ਜਿਵੇਂ ਧਨ ਦਾ ਤ੍ਰਿਸ਼ਨਾਲੂ ਬੰਦਾ ਸਾਰੀ ਦੁਨੀਆਂ ਦੀ ਦੌਲਤ ਇਕੱਠੀ ਕਰ ਲਏ, ਉਹ ਤਾਂ ਵੀ ਰੱਜਦਾ ਨਹੀਂ ਜਿਹਨੂੰ ਇੰਦਰੀਆਂ ਦੀ ਤ੍ਰਿਸ਼ਨਾ ਲੱਗ ਜਾਏ। ਸਾਰੀ ਜ਼ਿੰਦਗੀ ਅੱਖਾਂ ਨਾਲ ਦੇਖਦਾ ਰਹੇ, ਉਹਦੀਆਂ ਅੱਖਾਂ ਰੱਜਦੀਆਂ ਨਹੀਂ। ਸਾਰੀ ਜ਼ਿੰਦਗੀ ਕੰਨਾਂ ਨਾਲ ਸੁਣਦਾ ਰਹੇ, ਉਹਦੇ ਕੰਨ ਰੱਜਦੇ ਨਹੀਂ। ਸਾਰੀ ਜ਼ਿੰਦਗੀ ਜ਼ਬਾਨ ਦੇ ਚਸਕੇ ਸਵਾਦ ਲਈ ਜਾਏ, ਉਹਦੀ ਜ਼ਬਾਨ ਰੱਜਦੀ ਨਹੀਂ। ਸਾਰੀ ਜ਼ਿੰਦਗੀ ਇੰਦਰੀ ਦਾ ਵਿਸ਼ਾ ਭੋਗੀ ਜਾਏ, ਉਹਦੇ ਅੰਦਰ ਨੂੰ ਕਦੀ ਤ੍ਰਿਪਤੀ ਨਹੀਂ ਹੁੰਦੀ। ਸੇਵਾਦਾਰ ਹੋਵੇ ਜਿਹੜਾ ਇੰਦਰੀਆਂ ਦੇ ਤੌਰ 'ਤੇ ਵੀ ਪੂਰਨ ਤੌਰ 'ਤੇ ਸੰਤੋਖੀ ਹੋ ਗਿਆ। ਸ਼ਬਦਾਂ ਵੱਲ ਧਿਆਨ ਦਿਆ, ਉਹਦੀ ਜ਼ਬਾਨ ਦੀ ਕੋਈ ਤ੍ਰਿਸ਼ਨਾ ਨਹੀਂ। ਤ੍ਰਿਸ਼ਨਾਲੂ ਜ਼ਬਾਨ ਬੋਲਣਾ ਚਾਹੁੰਦੀ ਹੈ, ਤ੍ਰਿਸ਼ਨਾਲੂ ਜ਼ਬਾਨ ਦੁਨੀਆਂ ਦੇ ਰਸ ਮਾਣਦੀ ਏ, ਪਰ ਸੇਵਾ ਕਰਨ ਵਾਲਾ ਮਹਾਂਪੁਰਖ ਸੱਚ ਇਵੇ ਉਹਦੀ ਅੰਦਰ ਨੂੰ ਇੰਨੀ ਕੁ ਤ੍ਰਿਪਤੀ ਆ ਗਈ
ਕਿ ਉਹ ਲੰਗਰ ਵਿੱਚ ਬੈਠਾ, ਜੇ ਸੁੱਕਾ ਪ੍ਰਸ਼ਾਦਾ ਵੀ ਉਹਦੀ ਖੱਤ ਦੀ ਤਲੀ 'ਤੇ ਮਿਲ ਗਿਆ, ਉਹਨੇ ਸੁੱਕਾ ਪ੍ਰਸ਼ਾਦਾ ਛਕ ਲਿਆ, ਪਰ ਆਪਣੀ ਜੀਵ ਦੀ ਤ੍ਰਿਸ਼ਨਾ ਵਿੱਚੋਂ ਬਿਲਕੁਲ ਪ੍ਰਵਿਰਤ ਨਹੀਂ ਹੋਇਆ, ਕਿਉਂਕਿ ਜ਼ਬਾਨ ਦੀ ਇੱਕ ਤ੍ਰਿਸ਼ਨਾ ਹੈ। ਉਹਨੇ ਬੋਲਾਂ 'ਤੇ ਕਾਬੂ ਪਾ ਲਿਆ, ਉਹਨੇ ਜ਼ਬਾਨ ਦੇ ਚਸਕੇ 'ਤੇ ਕਾਬੂ ਪਾ ਲਿਆ। ਦੂਸਰੀ ਬੇਨਤੀ, ਉਹਨੇ ਆਪਣੇ ਕੰਨਾਂ ਦੀ ਤ੍ਰਿਸ਼ਨਾ ਨੂੰ ਵੀ ਤ੍ਰਿਪਤ ਕਰ ਲਿਆ ਹੈ। ਆਪਣੇ ਕੰਨਾਂ ਵਿੱਚ ਕੇਵਲ ਬੋਲ ਗੁਰੂ ਦੇ ਸ਼ਬਦ ਦੇ, ਸਤਨਾਮ ਵਾਹਿਗੁਰੂ ਦੇ ਹੀ ਪੈਣ ਦਿੰਦਾ ਹੈ। ਉਹਨੇ ਆਪਣੀ ਅੱਖਾਂ ਨੂੰ, ਆਪਣੇ ਕੰਨਾਂ ਨੂੰ, ਆਪਣੀ ਜੀਵ ਨੂੰ, ਸੱਚ ਇਹ ਕਿ ਆਪਣੀਆਂ ਇੰਦਰੀਆਂ ਨੂੰ ਜਿੱਤ ਕੇ ਉਹ ਪਰਮ ਸੰਤੋਖੀ ਬਣ ਜਾਂਦਾ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਦੇਖੋ ਸਾਡੇ ਸਰੀਰ ਦੇ ਇੰਦਰੀਆਂ ਦਾ ਜ਼ਿਕਰ ਕਰਦਿਆਂ ਕਿ ਇਹ ਇੰਦਰੇ ਵੀ ਤ੍ਰਿਸ਼ਨਾ ਵਿੱਚ ਪ੍ਰਵਿਰਤ ਨੇ, ਇਹਦਾ ਜ਼ਿਕਰ ਕਰਦਿਆਂ ਬਚਨ ਕੀਤਾ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜੈ ਗੁਣ ਕਹੇ, ਗੁਣੀ ਸਮਾਏ। ਜ਼ਬਾਨ ਨਹੀਂ ਰੱਜੀ, ਅੱਖਾਂ ਨਹੀਂ ਰੱਜੀਆਂ, ਕੰਨ ਨਹੀਂ ਰੱਜੇ, ਬੰਦੇ ਦੇ ਅੰਦਰ ਦੀਆਂ ਇੰਦਰੀਆਂ ਦੀ ਤ੍ਰਿਸ਼ਨਾ ਨਹੀਂ ਰੱਜੀ। ਪਰ ਮਹਾਰਾਜ ਕਹਿੰਦੇ ਨੇ, ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਗੁਰਦਾਸ ਜੀ ਨੇ ਕਿ ਅੱਖੀ ਦੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਪਰ ਸੇਵਾਦਾਰ ਪਹਿਲੀ ਨਿਸ਼ਾਨੀ ਹੋਵੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਤ ਦਾ ਸੰਤੋਖੀ ਗਏ, ਉਹ ਧਨ ਕਰਕੇ ਵੀ ਅੰਦਰੋਂ ਤ੍ਰਿਪਤ ਹੈ ਅਤੇ ਆਪਣੀਆਂ ਇੰਦਰੀਆਂ ਕਰਕੇ ਵੀ ਅੰਦਰੋਂ ਤ੍ਰਿਪਤ ਹੈ, ਉਹਦੇ ਅੰਦਰ ਕਿਸੇ ਕਿਸਮ ਦੀ ਕੋਈ ਤ੍ਰਿਸ਼ਨਾ ਨਹੀਂ। ਮੈਂ ਸਿਰਫ ਦੋ ਬੇਨਤੀਆਂ ਕਰਨੀਆਂ, ਇੱਕ ਸੇਵਾ ਅਤੇ ਇੱਕ ਸੇਵਕ, ਕਿਉਂਕਿ ਅਸੀਂ ਸੇਵਾਦਾਰ ਦੀ ਜ਼ਿੰਦਗੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੇਵਾ ਨੂੰ ਸਮਰਪਿਤ ਕੀਤਾ, ਉਹਨਾਂ ਦੀ ਯਾਦ ਮਨਾ ਰੱਖਾਂ। ਅਤੇ ਦਾਸ ਬੇਨਤੀ ਕਰ ਰਿਹਾ, ਸੇਵ ਕੀਤੀ ਸੰਤੋਖ ਹੀ, ਸੰਤੋਖ ਕਰਨ ਵਾਲਿਆਂ ਨੇ ਸੇਵਾ ਕੀਤੀ। ਅਤੇ ਜਦੋਂ ਸੰਤੋਖੀ ਕੋਈ ਸੇਵਾ ਕਰਦਾ, ਫਿਰ ਆਪਾਂ ਕਹਿੰਦੇ ਹਾਂ ਕਿ ਉਹਨੂੰ ਧਨ ਦੀ ਲੋੜ ਨਹੀਂ। ਸੱਚ ਇਵੇਂ ਸੰਤੋਖ ਕਰਨ ਵਾਲੇ ਦੇ ਲਈ, ਸੰਤੋਖੀ ਹਿਰਦੇ ਦੇ ਅੰਦਰ ਪਰਮਾਤਮਾ ਇੰਨੀ ਕੁ ਬਰਕਤ ਪਾ ਦਿੰਦਾ ਕਿ ਜਿਸ ਥਾਂ 'ਤੇ ਸੰਤੋਖੀ ਚੱਲਦਾ, ਸੱਚ ਇਵੇਂ ਉਹਦੇ ਚਰਨਾਂ ਦੀ ਧੂੜ ਵਿੱਚ ਵੀ ਦੌਲਤ ਦੇ ਢੋਰ ਢੇਰ ਲੱਗ ਜਾਂਦੇ। ਜਿਵੇਂ ਬਾਬਾ ਫਰੀਦ ਸਾਹਿਬ ਨੇ ਆਪਣੀ ਰਸਨਾ ਤੋਂ ਇੱਕ ਬਚਨ ਕਿਹਾ ਹੈ, ਕਹਿਣ ਲੱਗੇ, ਇੱਕ ਹੈ ਦਰਿਆ ਅਤੇ ਦੂਸਰਾ ਹੈ ਦਰਿਆ ਤੋਂ ਟੁੱਟਿਆ ਹੋਇਆ ਨਾਲਾ। ਹੁਣ ਦੇਖੋ, ਜਿਹੜਾ ਨਾਲੇ ਦਾ ਪਾਣੀ ਹੈ ਉਹ ਕਿਸੇ ਵੇਲੇ ਵੀ ਸੁੱਕ ਜਾਂਦਾ ਹੈ, ਪਰ ਦਰਿਆ ਤਾਂ ਵਿਸ਼ਾਲ ਹੋ ਕੇ ਇੱਕ ਦਿਨ ਸਮੁੰਦਰ ਵੀ ਸਮਾ ਜਾਂਦਾ ਹੈ। ਸੰਤੋਖ ਧਾਰਨ ਕਰਨ ਵਾਲਾ ਦਰਿਆ ਬਣ ਜਾਂਦਾ ਹੈ, ਇੱਕ ਦਿਨ ਉਹ ਰੱਬ ਵਿੱਚ ਸਮਾ ਕੇ ਸਮੁੰਦਰ ਦੀ ਤਰ੍ਹਾਂ ਅਸਗਾਹ ਬਣ ਜਾਂਦਾ ਹੈ, ਅਤੇ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਇੱਕ ਟੁੱਟੇ ਹੋਏ ਨਾਲੇ ਦੀ ਤਰ੍ਹਾਂ ਕੇਵਲ ਬਦਬੋ ਮਾਰ ਲੱਗ ਪੈਂਦਾ ਹੈ। ਤ੍ਰਿਸ਼ਨਾਲੂ ਬੰਦਾ ਗੰਦੇ ਨਾਲੇ ਦੀ ਤਰ੍ਹਾਂ ਹੈ, ਸੱਚ ਇਵੇਂ ਸਬਰ ਰੱਖ ਕੇ ਸੇਵਾ ਕਰਨ ਵਾਲਾ ਇੱਕ ਨਿਰਮਲ ਦਰਿਆ ਦੀ ਤਰ੍ਹਾਂ ਹੈ। ਬਾਬਾ ਫਰੀਦ ਸਾਹਿਬ ਦੇ ਬਚਨ ਨੇ ਕਿ ਸਬਰ ਇਹੋ ਸਵਾਓ, ਜੇ ਤੂੰ ਬੰਦਾ ਦ੍ਰਿੜ ਕਰੈ, ਵੱਧ ਥੀਵੈਂ ਦਰਿਆਓ, ਟੁੱਟ ਨਾ ਥੀਵੈਂ ਵਾਹੜਾ। ਸਬਰ ਵਾਲੇ ਬੰਦੇ ਦਰਿਆ ਬਣ ਜਾਂਦੇ ਨੇ, ਤ੍ਰਿਸ਼ਨਾਲੂ ਬੰਦੇ ਟੁੱਟੇ ਹੋਏ ਨਾਲੇ ਦੀ ਤਰ੍ਹਾਂ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਪਰਮ ਸੇਵਾਦਾਰ ਉਹਦੇ ਜੀਵਨ ਨੂੰ ਬਿਆਨ ਕਰਦਿਆਂ ਫਰਮਾਇਆ ਕਿ ਸੇਵ ਕੀਤੀ ਸੰਤੋਖ ਈ, ਜਿੰਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ।
ਸੇਵਾ ਕਰਨ ਵਾਲਾ ਕਦੀ ਮੰਦੇ ਰਸਤੇ 'ਤੇ ਚੱਲਦਾ ਨਹੀਂ। ਕਿਉਂ ਮੈਂ ਅਰਜ਼ ਕੀਤੀ ਆਰੰਭ ਵਿੱਚ, ਆਪ ਥੋੜ੍ਹੀ ਜਿਹੀ ਟਿਕਾਅ ਬਣਾ ਕੇ ਮੇਰੀ ਬੇਨਤੀ ਸਮਝਿਓ, ਕਿਉਂਕਿ ਕਥਾ ਦਾ ਕੋਈ ਰਸ ਬਣ ਸਕੇ। ਮੈਂ ਇੱਥੋਂ ਆਰੰਭਤਾ ਕੀਤੀ ਹੈ ਕਿ ਇੱਕ ਆਦਮੀ ਟੋਕਰੀ ਢੋਂਦਾ, ਇੱਕ ਆਦਮੀ ਸੜਕ 'ਤੇ ਝਾੜੂ ਲਾਉਂਦਾ, ਇੱਕ ਆਦਮੀ ਬਰਤਨ ਮਾਂਜਦਾ, ਇੱਕ ਆਦਮੀ ਮਕਾਨ ਦੀ ਚਿਨਾਈ ਕਰਦਾ ਹੈ, ਪਰ ਸੱਚ ਇਹ ਵੇ ਕਿ ਉਹ ਸਾਰੀ ਜ਼ਿੰਦਗੀ ਕਾਰ ਤਾਂ ਕਰੀ ਜਾਂਦੇ ਨੇ ਪਰ ਉਹਨਾਂ ਦਾ ਆਤਮਕ ਜੀਵਨ ਪ੍ਰਫੁੱਲਤ ਨਹੀਂ ਹੁੰਦਾ। ਅੰਦਰ ਦੀਆਂ ਬੁਰਿਆਈਆਂ ਇੱਕ ਟੋਕਰੀ ਢੋਣ ਵਾਲੇ ਅੰਦਰ ਵੀ ਨੇ, ਭਾਂਡੇ ਮਾਂਜਣ ਵਾਲੇ ਵਿੱਚ ਵੀ ਨੇ, ਪਰ ਇਹ ਕਾਰ ਉਹ ਹੈ ਕਿ ਜਿਹਦੇ ਕਰਨ ਦੇ ਨਾਲ ਸਾਡਾ ਆਤਮਕ ਜੀਵਨ ਅਤੇ ਖਾਸ ਕਰਕੇ ਪਰਮਾਤਮਾ ਦੀ ਛੂਹ ਬੰਦੇ ਨੂੰ ਨਸੀਬ ਹੋ ਜਾਏ। ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਰ ਨਾ ਰੱਖਿਓ। ਸੇਵਾ ਕਰਨ ਵਾਲਾ ਕਦੀ ਮੰਦੇ ਰਸਤੇ 'ਤੇ ਨਹੀਂ ਚੱਲਦਾ। ਕਰ ਸੁਕ੍ਰਿਤ, ਸੁਕ੍ਰਿਤ ਦਾ ਅਰਥ ਹੈ ਚੰਗੀ ਕਿਰਤ ਕਰਕੇ, ਧਰਮ ਕਮਾਇਆ ਉਹਨੇ ਸੇਵਾ ਕਰਕੇ, ਸਾਰੀ ਜ਼ਿੰਦਗੀ ਧਰਮ ਹੀ ਕਮਾਇਆ ਹੈ। ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਦਨਾ। ਸੱਚ ਇਵੇ ਕਿ ਉਹ ਸੰਸਾਰ ਵਿੱਚ ਰਹਿੰਦਾ ਹੈ ਪਰ ਦੁਨੀਆ ਦੇ ਬੰਧਨਾਂ ਵੀ ਜਕੜਿਆ ਨਹੀਂ। ਮੈਂ ਇੱਕ ਬੇਨਤੀ ਕਰਾਂ ਕਿ ਆਖਰ ਬਾਬਾ ਹਰਬੰਸ ਸਿੰਘ, ਉਹਨਾਂ ਨੂੰ ਵੀ ਤਾਂ ਮਾਂ ਨੇ ਜਨਮ ਦਿੱਤਾ, ਉਹਨਾਂ ਦੇ ਵੀ ਪਿਤਾ ਨੇ, ਉਹਨਾਂ ਦੇ ਵੀ ਭੈਣ ਭਰਾ ਨੇ, ਉਹਨਾਂ ਦੇ ਵੀ ਰਿਸ਼ਤੇਦਾਰ ਨੇ, ਪਰ ਸੱਚ ਇਵੇ ਕਿ ਉਹ ਦੁਨੀਆ ਦੇ ਕਿਸੇ ਵੀ ਰਿਸ਼ਤੇ ਦੇ ਬੰਧਨ ਵਿੱਚ ਪਏ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਪਰਿਵਾਰ ਨੂੰ ਛੱਡ ਦਿੱਤਾ, ਸੰਸਾਰ ਤੋਂ ਨਫ਼ਰਤ ਕੀਤੀ। ਸੱਚ ਇਹ ਕਿ ਇੱਕ ਪਰਿਵਾਰ ਨੂੰ ਛੱਡਿਆ, ਉਹਦੇ ਬੰਧਨਾਂ ਤੋਂ ਮੁਕਤ ਹੋਏ, ਉਹਨਾਂ ਨੇ ਸਮੁੱਚੇ ਸਿੱਖ ਕੌਮ ਨੂੰ, ਪੂਰੇ ਸਿੱਖ ਜਗਤ ਨੂੰ ਹੀ ਆਪਣਾ ਪਰਿਵਾਰ ਬਣਾ ਲਿਆ। ਸੱਚ ਇਵੇਂ ਕਿ ਮੋਹ ਅਤੇ ਪ੍ਰੇਮ ਦੋ ਸ਼ਬਦ ਨੇ। ਮੋਹ ਸਿਰਫ ਘਰ ਦੀ ਚਾਰ ਦੀਵਾਰੀ ਤੱਕ ਸੀਮਿਤ ਹੈ ਪਰ ਪ੍ਰੇਮ ਘਰ ਦੀ ਚਾਰ ਦੀਵਾਰੀ ਤੋਂ ਨਿਕਲ ਕੇ ਫੈਲਦਾ ਹੈ। ਮੋਹ ਕਹਿੰਦਾ ਮੇਰਾ ਪਰਿਵਾਰ, ਅਤੇ ਸੱਚ ਇਵੇਂ ਕਿ ਜਦੋਂ ਕਿਸੇ ਅੰਦਰ ਪ੍ਰਭੂ ਪ੍ਰੇਮ ਪੈਦਾ ਹੁੰਦਾ ਹੈ ਉਹ ਪਰਿਵਾਰ ਨੂੰ ਛੱਡ ਕੇ ਪੂਰੀ ਮਾਨਵਤਾ ਨੂੰ ਆਪਣਾ ਪਰਿਵਾਰ ਸਮਝਣ ਲੱਗ ਪੈਂਦਾ ਹੈ। ਮੋਹ ਕੁਝ ਖਿੱਚਦਾ ਹੈ ਪਰ ਪ੍ਰੇਮ ਵੰਡਦਾ ਹੈ। ਜਿਹੜਾ ਸੇਵਾ ਕਰਨ ਵਾਲਾ ਹੈ ਉਹਨੇ ਸੰਸਾਰ ਦੇ ਬੰਧਨ ਤੋੜ ਦਿੱਤੇ। ਗੁਰੂ ਨਾਨਕ ਸਾਹਿਬ ਬਚਨ ਕਰ ਰਹੇ ਨੇ ਕਿ ਸੇਵ ਕੀਤੀ ਸੰਤੋਖ ਈ, ਜਿਨੀ ਸੱਚੋ ਸੱਚ ਧਿਆਇਆ ਉਹਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜ੍ਹਾ ਖਾਇਆ। ਉਹ ਆਪਣੇ ਜੀਵਨ ਦੀ ਚਿਰਿਆ ਜੋ ਰੋਜ਼ਾਨਾ ਹੈ, ਰੋਜ਼ਾਨਾ ਉਹਦੀ ਜ਼ਿੰਦਗੀ ਹੈ, ਉਹ ਅੰਨ ਪਾਣੀ ਖਾਂਦਾ ਕੇਵਲ ਜੀਣ ਲਈ, ਅਤੇ ਜਿੰਦਾ ਹੈ ਕੇਵਲ ਆਪਣੇ ਗੁਰੂ ਦੀ ਸੇਵਾ ਕਰ ਲਈ। ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸ਼ਿਸ਼ੀ ਅਗਲਾ, ਨਿਤ ਦੇਵੈਂ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਸੱਚ ਇਵੇਂ ਕਿ ਸੇਵਾਦਾਰ ਇਕੱਲਾ ਫਿਜ਼ੀਕਲ ਵਰਕ ਨਹੀਂ ਕਰਦਾ, ਉਹ ਸਰੀਰਕ ਤੌਰ 'ਤੇ ਕੰਮ ਕਰਦਿਆਂ ਹੋਇਆਂ ਅੰਦਰੋਂ ਪਰਮਾਤਮਾ ਦੀ ਇੰਨੀ ਵਡਿਆਈ ਕਰਦਾ ਹੈ ਕਿ ਇੱਕ ਟੋਕਰੀ ਢੋਣ ਵਾਲਾ ਵਡਿਆਈ ਕਰਦਾ ਕਰਦਾ ਇੱਕ ਦਿਨ ਵੱਡੇ ਪਰਮਾਤਮਾ ਵੀ ਸਮਾ ਜਾਂਦਾ। ਮੈਂ ਬੇਨਤੀ ਫਿਰ ਕਰਾਂ ਕਿ ਦੇਖੋ ਗੁਰੂ ਘਰ ਅੰਦਰ ਸੇਵਾ ਦੇ ਕਈ ਪੱਖ ਨੇ। ਜਿਵੇਂ ਆਪਾਂ ਅਰਜ਼ ਕੀਤੀ, ਗੁਰਦੁਆਰਾ ਬਣਾਉਣ ਦੀ ਸੇਵਾ ਹੈ, ਲੰਗਰ ਪਕਾਉਣ ਦੀ ਸੇਵਾ ਹੈ, ਜੋੜੇ ਝਾੜਨ ਦੀ ਸੇਵਾ ਹੈ, ਝਾੜੂ ਲਾਉਣ ਦੀ ਸੇਵਾ ਹੈ। ਇਕੱਲੀ ਇਹ ਹੀ ਨਹੀਂ,
ਕਿਸੇ ਨੂੰ ਤਾਲੀਮ ਦੇ ਦੇਣੀ, ਵਿੱਦਿਆ ਪੜ੍ਹਾ ਦੇਣੀ, ਇਹ ਵੀ ਇੱਕ ਸੇਵਾ ਹੈ। ਕਿਸੇ ਲੋੜਵੰਦ ਦੇ ਦਰਦ ਨੂੰ ਵੰਡਾ ਦੇਣਾ, ਇਹ ਵੀ ਇੱਕ ਸੇਵਾ ਹੈ। ਕਿਸੇ ਲੋੜਵੰਦ ਦੀ ਅੰਦਰ ਦੀ ਗਰਜ ਪੂਰੀ ਕਰ ਦੇਣੀ, ਇਹ ਵੀ ਸੇਵਾ ਹੈ। ਗੁਰੂ ਕੀ ਬਾਣੀ ਦਾ ਪਾਠ ਕਰਨਾ, ਇਹ ਵੀ ਇੱਕ ਸੇਵਾ ਹੈ। ਗੁਰਬਾਣੀ ਦਾ ਕੀਰਤਨ ਕਰਨਾ, ਇਹ ਵੀ ਇੱਕ ਸੇਵਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਇਹ ਵੀ ਇੱਕ ਸੇਵਾ ਹੈ। ਅਤੇ ਚੇਤੇ ਰੱਖੋ, ਬੰਦਗੀ ਕਰਕੇ ਪੂਰੀ ਮਾਨਵਤਾ ਦਾ ਭਲਾ ਮੰਗੀ ਜਾਣਾ, ਇਹ ਵੀ ਇੱਕ ਰੱਬ ਦੀ ਸੇਵਾ ਹੈ। ਸੇਵਾ ਦੇ ਅਨੇਕਾਂ ਪੱਖ ਨੇ। ਆਓ ਮੈਂ ਇੱਕ ਉਦਾਹਰਣ ਦੇਣਾ ਕਿ ਸੇਵਾਦਾਰ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਰੱਬ ਨੂੰ ਉਲਾਮਾ ਨਹੀਂ ਦਿੰਦਾ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਦੇਖਦੇ ਹਾਂ, ਆਪ ਜੀ ਕਹੋਗੇ ਵੀ ਗੁਰੂ ਨਾਨਕ ਸਾਹਿਬ ਦੀ ਸੇਵਾ, ਸੱਚ ਏਵੇ ਜਿਹੜੀ ਸੇਵਾ ਬਾਬੇ ਨਾਨਕ ਨੇ ਕੀਤੀ, ਸ਼ਾਇਦ ਉਹ ਸੇਵਾ ਅੱਜ ਤੱਕ ਕੋਈ ਦੁਨੀਆ ਦਾ ਪੀਰ ਪੈਗੰਬਰ ਅਵਤਾਰ ਨਹੀਂ ਕਰ ਸਕਿਆ। ਉਹ ਕੈਸੀ ਸੇਵਾ ਹੈ? ਜੇ ਅਸੀਂ ਬਾਣੀ ਪੜ੍ਹੀਏ ਤਾਂ ਮਾਰੂ ਰਾਗ ਵਿੱਚ ਇੱਕ ਸ਼ਬਦ ਕਹਿ ਹਜ਼ੂਰ ਦਾ, ਅਤੇ ਉਹ ਸੇਵਾ ਦੇ ਨਾਲ ਖਾਸ ਕਰਕੇ ਸੰਬੰਧਿਤ ਕਹਿ। ਉਹ ਸ਼ਬਦ ਕਹਿ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਬਾਣੀ ਦੇ ਅਰਥ ਮੈਂ ਨਾਲ ਨਾਲ ਕਰੀ ਜਾਂਦਾ। ਦੇਖੋ ਉੱਥੇ ਮਹਾਰਾਜ ਜੀ ਨੇ ਸੇਵਾ ਦੀ ਕਿੱਡੀ ਉੱਚੀ ਮਿਸਾਲ ਦਿੱਤੀ ਹੈ। ਮੁੱਲ ਖਰੀਦੀ ਲਾਲਾ ਗੋਲਾ, ਲਾਲਾ ਅਤੇ ਗੋਲਾ ਦੋ ਸ਼ਬਦ ਨੇ, ਵੈਸੇ ਦੋਨਾਂ ਦੇ ਅਰਥ ਇੱਕੋ ਨੇ, ਗੁਲਾਮ। ਕਹਿੰਦੇ ਨੇ ਮੈਨੂੰ ਤਾਂ ਪਰਮਾਤਮਾ ਦੇ ਦਰ 'ਤੇ ਮੈਂ ਵਿਕ ਚੁੱਕਾ ਵਾਂ, ਮੈਂ ਆਪਣੇ ਸਤਿਗੁਰੂ ਦੀ ਖੱਟੀ ਅਤੇ ਗੁਰੂ ਦੇ ਬਚਨਾਂ ਪਿੱਛੇ ਵਿਕ ਗਿਆ, ਅਤੇ ਮੈਨੂੰ ਪਰਮਾਤਮਾ ਨੇ ਆਪਣਾ ਗੁਲਾਮ ਬਣਾ ਲਿਆ ਹੈ। ਧਿਆਨ ਦਿਆ ਜੇ, ਗੁਲਾਮ ਵੀ ਸੇਵਾ ਕਰਦਾ ਹੈ ਅਤੇ ਨੌਕਰ ਵੀ ਸੇਵਾ ਕਰਦਾ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਬਾਣੀ ਵਿੱਚ ਦੋਨੋਂ ਸ਼ਬਦ ਆਉਂਦੇ ਨੇ ਕਿ ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ, ਖੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਇੱਕ ਚਾਕਰ ਹੈ, ਇੱਕ ਗੁਲਾਮ ਹੈ, ਕੰਮ ਦੋਨੋਂ ਕਰਦੇ ਨੇ। ਚਾਕਰ ਵੀ ਮਾਲਕ ਦੇ ਹੁਕਮ ਨੂੰ ਮੰਨਦਾ ਹੈ ਅਤੇ ਗੁਲਾਮ ਵੀ ਮਾਲਕ ਦਾ ਕੰਮ ਕਰਦਾ ਹੈ, ਪਰ ਦੋਨਾਂ 'ਚ ਥੋੜ੍ਹਾ ਜਿਹਾ ਅੰਤਰ ਜ਼ਰੂਰ ਹੈ, ਕਿਉਂਕਿ ਗੁਰਬਾਣੀ ਨੇ ਗੁਲਾਮ ਨੂੰ ਵੀ ਮੰਨਿਆ ਅਤੇ ਚਾਕਰ ਨੂੰ ਵੀ ਮੰਨਿਆ। ਚਾਕਰ ਕਹਿੰਦੇ ਆਪਾਂ ਨੌਕਰ ਨੂੰ, ਪਰ ਨੌਕਰ ਸਾਰੀ ਜ਼ਿੰਦਗੀ ਜ਼ਰੂਰੀ ਨਹੀਂ ਕਿ ਆਪਣੀ ਮਾਲਕ ਦੀ ਦੁਕਾਨ 'ਤੇ ਹੀ ਕੰਮ ਕਰੇ। ਨੌਕਰ ਲਈ ਕੋਈ ਜ਼ਰੂਰੀ ਨਹੀਂ ਕਿ ਸਾਰੀ ਜ਼ਿੰਦਗੀ ਆਪਣੇ ਮਾਲਕ ਦੇ ਖੇਤਾਂ ਵਿੱਚ ਹੀ ਕੰਮ ਕਰੇ। ਨੌਕਰ ਲਈ ਕੋਈ ਲਾਜ਼ਮੀ ਨਹੀਂ ਕਿ ਸਾਰੀ ਜ਼ਿੰਦਗੀ ਆਪਣੇ ਮਾਲਕ ਦੇ ਬਿਜ਼ਨਸ 'ਚ ਕੰਮ ਕਰੇ, ਕਿਉਂਕਿ ਨੌਕਰ ਹਰ ਮਹੀਨੇ ਤਨਖਾਹ ਲੈਂਦਾ ਹੈ। ਨੌਕਰ ਹਫ਼ਤੇ ਬਾਅਦ ਵੀ ਤਨਖਾਹ ਲੈਂਦੇ ਨੇ, ਨੌਕਰ 6 ਮਹੀਨਿਆਂ ਬਾਅਦ ਵੀ ਤਨਖਾਹ ਲੈਂਦੇ ਨੇ, ਕਈ ਨੌਕਰ ਤਮਾਹੀ ਤਨਖਾਹ ਲੈਂਦੇ ਨੇ। ਪਰ ਨੌਕਰ ਜਿਸ ਦਿਨ ਮਰਜ਼ੀ ਆਵੇ ਇਹ ਕਹਿ ਸਕਦਾ ਕਿ ਮਾਲਕ, ਅੱਜ ਤੋਂ ਬਾਅਦ ਮੈਂ ਤੇਰਾ ਕੰਮ ਛੱਡਿਆ, ਮੈਂ ਤੇਰੇ ਘਰ ਨੌਕਰੀ ਨਹੀਂ ਕਰਨੀ, ਮੈਨੂੰ ਹੋਰ ਥਾਂ ਨੌਕਰੀ ਮਿਲ ਗਈ। ਨੌਕਰ ਕਿਸੇ ਵੇਲੇ ਵੀ ਜਵਾਬ ਦੇ ਸਕਦਾ, ਪਰ ਗੁਲਾਮ ਕਦੀ ਜਵਾਬ ਨਹੀਂ ਦਿੰਦਾ, ਕਿਉਂਕਿ ਗੁਲਾਮ ਤਾਂ ਮਾਲਕ ਨੇ ਖਰੀਦਿਆ ਹੋਇਆ ਹੈ। ਜਿਹੜੇ ਵਿਕੇ ਹੋਏ ਨੇ ਉਹਨਾਂ ਨੂੰ ਤਾਂ ਜ਼ਿੰਦਗੀ ਆਪਣੇ ਮਾਲਕ ਦੇ ਦਰ 'ਤੇ ਰਹਿਣਾ ਪੈਂਦਾ। ਨੌਕਰ ਮਾਲਕ ਬਦਲ ਸਕਦਾ ਹੈ, ਪਰ ਚੇਤੇ ਰੱਖਿਓ ਗੁਲਾਮ ਕਦੀ ਮਾਲਕ ਨਹੀਂ ਬਦਲ ਸਕਦਾ। ਗੁਲਾਮ ਨੂੰ ਖਰੀਦਿਆ ਗਿਆ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਉਡਾਰੀ ਕਹਿਣ ਲੱਗੇ, ਸੇਵਾਦਾਰ ਤਾਂ ਮਾਲਕ ਦੇ ਦਰ ਦਾ ਗੁਲਾਮ ਹੈ, ਉਹਦੇ ਦਰ 'ਤੇ ਵਿਕਿਆ ਹੈ। ਅਤੇ ਨਾਲ ਫਿਰ ਗੁਲਾਮ ਕਹਿੰਦਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਮਾਲਕ ਗੁਲਾਮ ਦੀ ਆਪਣੀ ਮਰਜ਼ੀ ਕੋਈ ਨਹੀਂ, ਉਹ ਗੁਲਾਮ ਹੀ ਕਾਹਦਾ ਜਿਹੜਾ ਆਪਣੀ ਮਰਜ਼ੀ ਵਰਤੇ। ਗੁਲਾਮ ਤਾਂ ਉਹ ਵੇ
ਜਿਹੜਾ ਹੁਕਮੀ ਬੰਦਾ ਬਣ ਕੇ ਮਾਲਕ ਦੀ ਕਾਰ ਕਮਾਉਂਦਾ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ, ਗੁਰ ਕੀ ਬਚਨੀ ਖਾਂਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਮਹਾਰਾਜ ਕਹਿੰਦੇ ਨੇ ਤੇਰੇ ਲਾਲੇ ਕਿਆ ਚਤੁਰਾਈ, ਚਤੁਰਾਈ ਦਾ ਅਰਥ ਹੈ ਸਿਆਣਪ। ਮੇਰੇ ਮਾਲਕ ਮੈਨੂੰ ਤਾਂ ਤੇਰਾ ਗੁਲਾਮ ਬਣਨ ਦੀ ਵੀ ਜਾਚ ਨਹੀਂ ਆਈ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਾਂ ਲਾਲੀ ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਅੱਗੇ ਫਿਰ ਦੇਖੋ, ਗੁਲਾਮ ਦੀ ਕੋਈ ਮਰਜ਼ੀ ਨਹੀਂ, ਮੈਂ ਇਸ਼ਨਾਨ ਕਰਾਵਾਂਗਾ, ਮੈਂ ਟੋਕਰੀ ਢੋਵਾਂਗਾ, ਮੈਂ ਗਾਗਰ ਢੋਵਾਂਗਾ, ਤੇਰੇ ਪੱਖਾਂ ਝੱਲਾਂਗਾ, ਤੇਰੇ ਲਈ ਚੱਕੀ ਪੀ ਕੇ ਲਿਆਵਾਂਗਾ, ਪਰ ਕੋਈ ਸ਼ਰਤ ਨਹੀਂ। ਸੇਵਾ ਕਰਨ ਵਾਲਾ ਕਹਿੰਦਾ ਜੋ ਤੂੰ ਦਏਗਾ ਸੁੱਕੀ ਰੋਟੀ ਨੂੰ ਵੀ ਅੰਮ੍ਰਿਤ ਜਾਣ ਕੇ ਮੈਂ ਛਕ ਲਵਾਂਗਾ, ਜੋ ਦੇਵੈਂ ਸੋ ਖਾਈ। ਇੰਨੀ ਸੇਵਾ ਕਰਕੇ ਵੀ ਲੂਣ ਹਰਾਮੀ, ਨਾਨਕ ਲਾਲਾ ਬਖਸ਼ੈ ਤੁਦ ਵਡਿਆਈ। ਹੇ ਮੇਰੇ ਮਾਲਕ ਇੱਕ ਕਿਰਪਾ ਕਰ, ਮੈਂ ਤੇਰੇ ਦਰ ਦਾ ਲੂਣ ਖਾ ਕੇ ਹਰਾਮ ਕਰ ਗਿਆ, ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਲੈ। ਮੈਂ ਬੇਨਤੀ ਕਰਨ ਲੱਗਾ, ਜਣਾ ਖਣਾ ਮੈਂ ਵੀ ਸ਼ਬਦ ਆਪਣੇ ਨਾਲ ਜੋੜ ਲਵਾਂਗਾ ਸੇਵਾਦਾਰ। ਪਿਆਰਿਓ, ਸੇਵਾਦਾਰ ਮਰ ਕੇ ਬਣਿਆ ਜਾਂਦਾ, ਹੰਗਤਾਂ ਨੂੰ ਪਾਲਣ ਵਾਲਾ ਸੇਵਾਦਾਰ ਨਹੀਂ। ਜਿਹੜਾ ਆਪਣੀ ਖੌਮੇ ਦਾ ਪ੍ਰਗਟਾਵਾ ਕਰਦਾ ਉਹ ਸੇਵਾਦਾਰ ਕਿਵੇਂ ਹੋ ਸਕਦਾ? ਠੀਕ ਹੈ ਉਹ ਫਿਜ਼ੀਕਲ ਵਰਕ ਕਰ ਲਿਆ, ਪਰ ਉਹਦੇ ਅੰਦਰ ਦੀ ਪਕੜੇ ਵੇ ਕਿ ਸੇਵਾ ਤੋਂ ਬਾਅਦ ਮੈਨੂੰ ਪਦਵੀ ਮਿਲ ਜਾਏ। ਬਖਸ਼ਿਓ ਮੈਨੂੰ, ਮੈਂ ਜਿਹੜੀ ਬੇਨਤੀ ਕਰਨ ਲੱਗਾ। ਅੱਜ ਕੋਈ ਬੰਦਾ ਝਾੜੂ ਲਾ ਰਿਹਾ, ਜੇ ਇਸ ਕਰਕੇ ਝਾੜੂ ਲਾ ਰਿਹਾ ਕੱਲ ਨੂੰ ਮੈਂ ਗੁਰਦੁਆਰੇ ਦਾ ਪ੍ਰਧਾਨ ਬਣ ਜਾਵਾਂ, ਸੱਚ ਇਵੇਂ ਉਸ ਝਾੜੂ ਨਾਲ ਪ੍ਰਧਾਨਗੀ ਤਾਂ ਮਿਲ ਸਕਦੀ ਏ, ਪਰ ਝਾੜੂ ਲਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਦਇਆ 'ਤੇ ਨਹੀਂ। ਜੇ ਇੱਕ ਬੰਦਾ ਭਾਂਡੇ ਮਾਂਜ ਕੇ ਕਹਿ ਰਿਹਾ ਕਿ ਲੋਕਾਂ ਵਿੱਚ ਮੈਂ ਸਭ ਤੋਂ ਚੰਗਾ ਬਣ ਜਾਵਾਂ, ਚੰਗਾ ਤਾਂ ਬਣ ਸਕਦਾ ਪਰ ਰੱਬ ਨੂੰ ਨਹੀਂ, ਕਿਉਂਕਿ ਸੇਵਾ ਕਰਦਿਆਂ ਉਹਨੇ ਮੰਜ਼ਲ ਪਰਮਾਤਮਾ ਨਹੀਂ ਬਣਾਈ, ਮੰਜ਼ਲ ਕੇਵਲ ਆਪਣੇ ਅੰਦਰ ਦੀ ਖੌਮੇ ਬਣਾਈ ਹੋਈ। ਮੇਰੀ ਖੌਮੇ ਦੀ ਪੂਰਤੀ ਹੋ ਜਾਏ। ਇੱਕ ਉਦਾਹਰਨ ਦੱਸ ਦਿੰਦਾ, ਉਂਝ ਤਾਂ ਜੇ ਸੇਵਾਦਾਰਾਂ ਦੀ ਫਹਿਰਿਸ਼ਤ ਦੇਖੋ, ਮੇਰਾ ਖਿਆਲ ਇੱਕ ਦੋ ਇੱਕ ਚੜ੍ਹਾਉਂਦੀਆਂ ਸੇਵਾਦਾਰ ਗੁਰੂ ਨਾਨਕ ਦੇ ਘਰ ਵਿੱਚ ਮਿਲਣਗੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ, ਇਉਂ ਕਹਿ ਲਓ ਕਿ ਕਰਤਾਰਪੁਰ ਦੀ ਧਰਤੀ ਤੋਂ ਲੈ ਕੇ ਅੱਜ ਤੱਕ, ਜਿੱਧਰ ਵੀ ਝਾਤੀ ਮਾਰੋਗੇ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਇੱਕ ਤੋਂ ਇੱਕ ਵੱਧ ਬੰਦਗੀ ਕਰਨ ਵਾਲੇ ਅਤੇ ਸੇਵਾ ਕਰਨ ਵਾਲੇ ਮਿਲਣਗੇ। ਇੱਕ ਉਦਾਹਰਨ ਦੱਸ ਦਿੰਦਾ ਸੇਵਾਦਾਰ ਦੀ, ਮੇਰਾ ਖਿਆਲ ਉਹ ਸ਼ਿਖਰ ਸਾਨੂੰ ਲੱਗੇਗਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਪਾਵਨ ਪਵਿੱਤਰ ਦਰਬਾਰ ਸਜਿਆ ਹੈ, ਬਹੁਤ ਸੰਗਤ ਇਕੱਠੀ ਹੈ, ਅੰਮ੍ਰਿਤਸਰ ਦੀ ਇਹ ਘਟਨਾ ਹੈ। ਅਤੇ ਇੱਕ ਸੱਜਣ ਆਇਆ, ਉਹਨੇ ਆ ਕੇ ਮੱਥਾ ਟੇਕਿਆ, ਉਹ ਕੀਰਤਨ ਸੁਣਨ ਲੱਗ ਪਿਆ। ਕੀਰਤਨ ਸੁਣਦਿਆਂ ਸੁਣਦਿਆਂ ਉਹਦੇ ਅੰਦਰ ਨੂੰ ਟਿਕਾ ਮਿਲਿਆ। ਅਤੇ ਇੱਕ ਮੈਂ ਅਰਜ਼ ਕਰਾਂ, ਕੀਰਤਨ ਰੱਬ ਦੀ ਅਮੋਲਕ ਦਾਤ ਜੇ। ਭਾਈ ਸਾਹਿਬ ਬੈਠੇ ਨੇ, ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ। ਮੈਂ ਅਕਸਰ ਕਹਿੰਦਾ ਇਹਨਾਂ ਇਸ ਪਰਿਵਾਰ 'ਤੇ ਨਹੀਂ ਕਿ ਮੇਰੇ ਪਿੱਛੇ ਬੈਠੇ ਨੇ, ਤਾਂ ਇਹ ਰੱਬ ਦਾ ਤਰਸ ਹੈ। ਇਹਨਾਂ ਦੀਆਂ ਤਿੰਨ ਚਾਰ ਪੀੜ੍ਹੀਆਂ ਨੂੰ ਦੇਖੋ, ਜੇ ਇਸੇ ਘਰ ਝਾਤੀ ਮਾਰੀਏ, ਮਾਲਕ ਨੇ ਕੀਰਤਨ ਦੀ ਦਾਤ ਦਿੱਤੀ। ਯਾਦ ਰੱਖੋ, ਕੀਰਤਨ ਵਰਗੀ ਦਾਤ ਦੁਨੀਆ ਵਿੱਚ ਕੋਈ ਨਹੀਂ ਜੇ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਤਰਸ ਕਰਕੇ ਕਿਹਾ ਸੀ, ਮਰਦਾਨਿਆ ਜੋ ਮੰਗੇ ਤੇਰੀ ਝੋਲੀ 'ਚ ਪਾ ਦਿਆਂਗਾ। ਇੱਕ ਪਾਸੇ ਸੰਸਾਰ ਦਾ ਧਨ ਦੌਲਤ, ਦੂਜੇ ਪਾਸੇ ਤਾਰ ਕੀਰਤਨ,
ਉਹਨਾਂ ਝੋਲੀ ਅੱਡ ਕੇ ਕਿਹਾ, ਕਾ ਮਾਲਕ ਇੱਕ ਕਿਰਪਾ ਕਰੋ, ਮੇਰੀ ਝੋਲੀ ਵਿੱਚ ਆਪਣੇ ਕੀਰਤਨ ਦੀ ਦਾਤ ਪਾ ਦਿਓ। ਮੈਂ ਸਿਰਫ ਇੱਕ ਦੋ ਬੇਨਤੀਆਂ ਕਰਾਂ ਕਿ ਦੇਖੋ ਕੀਰਤਨ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਪ੍ਰਕਰਨ ਮੇਰਾ ਇਹ ਨਹੀਂ, ਹਾਲਾਂਕਿ ਕੀਰਤਨ ਵੀ ਇੱਕ ਸੇਵਾ ਹੈ। ਮੈਂ ਪਾਠ ਕਰਦਿਆਂ ਇੱਕ ਦਿਨ ਪਾਠ ਕਰ ਰਿਹਾ ਸਾਂ, ਤਨ ਦੀ ਸੇਵਾ, ਧਨ ਦੀ ਸੇਵਾ, ਮਨ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਨੇ ਤਾਂ ਸੁਰਤ ਦੀ ਵੀ ਸੇਵਾ ਮੰਨੀ ਹੈ। ਸੇਵਾ ਸੁਰਤ ਨਾ ਜਾਣੀਆਂ, ਇਹਦਾ ਮਤਲਬ ਸੁਰਤ ਨਾਲ ਵੀ ਕੋਈ ਸੇਵਾ ਹੋ ਸਕਦੀ ਹੈ। ਇਹ ਮੈਂ ਸਿਰਫ ਵਿਸ਼ੇ ਅੰਦਰ ਰਵਾਂ। ਹੁਣ ਕੀਰਤਨ ਤੋਂ ਵੱਡਾ ਕਰਮ ਕੌਣ ਹੈ? ਮਹਾਰਾਜ ਜੀ ਦਾ ਇੱਕ ਬਚਨ ਆਉਂਦਾ, ਹਰ ਕੀਰਤ ਸਾਧ ਸੰਗਤ ਕਹਿ, ਸਿਰ ਕਰਮਣ ਕਹਿ ਕਰਮਾ, ਕਹੋ ਨਾਨਕ ਦਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਸ਼੍ਰੋਮਣੀ ਕਰਮ ਹੈ। ਮਹਾਰਾਜ ਜੀ ਨੇ ਤੇ ਕਿਹਾ ਕੀਰਤਨ ਨਿਰਮੋਲਕ ਹੀਰਾ, ਇਹਦਾ ਮਤਲਬ ਕੀਰਤਨ ਕੱਲਾ ਹੀਰਾ ਨਹੀਂ ਕਿਹਾ, ਹੀਰੇ ਦੀ ਕੀਮਤ ਪੈ ਸਕਦੀ ਏ, ਪਰ ਇੱਥੇ ਮਹਾਰਾਜ ਜੀ ਨੇ ਹੀਰੇ ਦੇ ਅੱਗੇ ਨਿਰਮੋਲਕ, ਨਿਰਮੋਲਕ ਦਾ ਅਰਥ ਜਿਹਦਾ ਮੁੱਲ ਹੀ ਕੋਈ ਨਹੀਂ ਪਾ ਸਕਦਾ, ਕੱਲਾ ਹੀਰਾ ਕਹਿ ਦਿੰਦੇ ਤੇ ਆਪਾਂ ਕਹਿਣਾ ਸੀ ਹੀਰਾ ਖਰੀਦਿਆ ਜਾ ਸਕਦਾ, ਪਰ ਕੀਰਤਨ ਐਸਾ ਨਿਰਮੋਲਕ ਹੀਰਾ ਜਿਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ, ਉਹ ਮੁੱਲ ਤੋਂ ਰਹਿਤ ਹੈ। ਸਤਿਗੁਰੂ ਨੇ ਤਾਂ ਕਿਹਾ ਕੋਈ ਕੀਰਤਨ ਕਰੇ ਉਹ ਜਨਮ ਮਰਨ ਤੋਂ ਬਚ ਜਾਂਦਾ, ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ। ਮਹਾਰਾਜ ਜੀ ਨੇ ਤੇ ਕਿਹਾ ਧਰਮ ਰਾਜ ਨੇ ਜਮਦੂਤਾਂ ਨੂੰ ਕਹਿ ਦਿੱਤਾ ਕਿ ਜਿਸ ਥਾਂ ਤੇ ਭਗਤੀ ਸਿਮਰਨ ਸੇਵਾ ਹੋਵੇ ਕੀਰਤਨ ਹੋਵੇ ਉੱਥੇ ਜਮਦੂਤੋ ਨਾ ਜਾਇਓ, ਕਿਉਂਕਿ ਕੀਰਤਨ ਵਾਲੀ ਥਾਂ ਤੇ ਜਮਦੂਤ ਵੀ ਕਦੀ ਨਹੀਂ ਆ ਸਕਦਾ। ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ। ਮੈਂ ਸਿਰਫ ਪ੍ਰਕਰਨ ਅੰਦਰ ਰਹਾਂ ਕਿ ਦੇਖੋ ਪਰਮਾਤਮਾ ਦੀ ਇੱਕ ਦਾਤ ਕੀਰਤਨ ਹੋ ਰਿਹਾ, ਉਹ ਸਿੱਖ ਸਿੱਖ ਨਹੀਂ ਅਜੇ ਬਣਿਆ। ਮੈਂ ਬੇਨਤੀ ਕਰਾਂ ਸਿੱਖਾਂ ਦੀ ਸੰਗਤ ਕਰ ਰਿਹਾ ਹੈ। ਕੀਰਤਨ ਉਹਨੇ ਸੁਣਿਆ, ਅੰਦਰ ਨੂੰ ਟਿਕਾ ਮਿਲ ਗਿਆ। ਕੀਰਤਨ ਤੋਂ ਬਾਅਦ ਧੰਨ ਗੁਰੂ ਅਰਜੁਨ ਦੇਵ ਜੀ ਦੇ ਸਾਹਮਣੇ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਇੱਕ ਕਿਰਪਾ ਮੇਰੇ 'ਤੇ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿਹੜੀ ਸਿੱਖੀ? ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਕੁਝ ਦਿਨਾਂ ਤੋਂ ਸੰਗਤ ਵਿੱਚ ਰੋਜ਼ ਆ ਕੇ ਬੈਠਣਾ, ਤੁਹਾਡੇ ਸਿੱਖ ਖੱਤੀ ਸੇਵਾ ਕਰਦੇ ਨੇ ਤੇ ਚਿਹਰੇ 'ਤੇ ਲਾਲੀ ਡਲਕਾਂ ਮਾਰਦੀ, ਸੰਗਤ ਵਿੱਚ ਕੀਰਤਨ ਸੁਣਦੇ ਨੇ ਤੇ ਨੇਤਰ ਮੁੰਦੇ ਨੇ ਤੇ ਅੱਖਾਂ 'ਚੋਂ ਨੇਤਰਾਂ 'ਚੋਂ ਬਖਸ਼ਿਸ਼, ਚਿਹਰੇ ਤੋਂ ਬਖਸ਼ਿਸ਼, ਇਹਨਾਂ 'ਤੇ ਨੂਰ ਝੱਟਿਆ ਜਾ ਰਿਹਾ, ਤੁਸੀਂ ਕਿਰਪਾ ਕਰੋ। ਮਹਾਰਾਜ ਮੁਸਕਰਾ ਕੇ ਗੱਲ ਕਹਿਣ ਲੱਗੇ, ਪੁਰਖਾ ਸਿੱਖੀ ਮੰਗਣਾ ਹੈ? ਕਹਿਣ ਲੱਗਾ ਹਾਂ। ਕਹਿਣ ਲੱਗੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਹੁੰਦੀ। ਸ਼ਬਦਾਂ ਵੱਲ ਧਿਆਨ ਦਿਆ ਜੀ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਮਹਾਰਾਜ ਇਹ ਕੀ? ਕਹਿਣ ਲੱਗੇ ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਉਹਦੇ ਵਿੱਚ ਕਿਵੇਂ ਕੋਈ ਚੀਜ਼ ਪਾਈ ਜਾ ਸਕਦੀ ਹੈ? ਖਾਲੀ ਹੋਵੇ ਤੇ ਭਰਿਆ ਜਾਏਗਾ, ਭਰੇ ਨੂੰ ਨਹੀਂ ਭਰਿਆ ਜਾ ਸਕਦਾ। ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਨਹੀਂ। ਸਤਿਗੁਰੂ ਕਹਿੰਦੇ ਤੂੰ ਕਬਰਾਂ ਦੀ ਪੂਜਾ ਕਰਨਾ, ਤੂੰ ਸਰਵਰ ਨੂੰ ਪੂਜਣਾ, ਕਬਰਾਂ ਦੀ ਪੂਜਾ ਕਰਦਿਆਂ ਕਰਦਿਆਂ ਤੇਰਾ ਅੰਦਰ ਕਬਰ ਬਣੀ ਜਾ ਰਿਹਾ, ਜਿੰਨੀ ਦੇਰ ਤੱਕ ਤੂੰ ਕਬਰਾਂ ਦੀ ਪੂਜਾ ਨਹੀਂ ਛੱਡਦਾ ਇਹ ਤਾਂ ਅਕਾਲ ਪੁਰਖ ਦੀ ਸਿੱਖੀ ਹੈ, ਇਹ ਮੁਰਦਿਆਂ ਦੀ ਪੂਜਾ ਨਹੀਂ, ਇੱਥੇ ਤਾਂ ਜੀਵੰਤ ਗੁਰੂ ਤੇ ਪਰਮਾਤਮਾ ਨੂੰ ਪੂਜਿਆ ਜਾਂਦਾ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਇੱਕ ਗੱਲ ਦੇਖ ਕਿ ਜੇ ਬੇੜੀ ਇੱਕ 'ਤੇ ਸਵਾਰ ਹੋਵੇਗਾ
ਦਰਿਆ ਪਾਰ ਕਰ ਜਾਏਗਾ। ਜੇ ਦੋ ਬੇੜੀਆਂ 'ਤੇ ਪੈਰ ਰੱਖੇਗਾ ਤਾਂ ਸੱਚ ਇਵੇਂ ਤੈਨੂੰ ਦਰਿਆ ਪਾਰ ਨਹੀਂ ਹੋਇਆ ਜਾ ਸਕਣਾ। ਉਹਨੂੰ ਗੱਲ ਸਮਝ ਪੈ ਗਈ, ਕਹਿੰਦਾ ਮਹਾਰਾਜ ਮੈਂ ਛੱਡ ਦਿੱਤੀ ਸਰਵਰ ਦੀ ਪੂਜਾ, ਮੈਂ ਕਬਰਾਂ ਨੂੰ ਪੂਜਾਂਗਾ ਨਹੀਂ। ਮਹਾਰਾਜ ਕਹਿੰਦੇ ਨੇ ਗੱਲ ਚੇਤੇ ਰੱਖੀ, ਜੇ ਸਿੱਖੀ ਕਮਾਨ ਤੁਰਿਆ ਤਾਂ ਯਾਦ ਰੱਖ ਅੱਜ ਤੂੰ ਪਿੰਡ ਦਾ ਚੌਧਰੀ ਹੈ, ਸੇਵਾ ਕਰਦਿਆਂ ਖੋ ਸਕਦਾ ਤੇਰੇ ਕੋਲੋਂ ਪਿੰਡ ਦੀ ਚੌਧਰ ਵੀ ਖੋ ਲਈ ਜਾਏ। ਅੱਜ ਤੇਰੇ ਕੋਲ ਪਰਿਵਾਰ ਵਿੱਚ ਸੁੱਖ ਹੈ, ਮਾਲ ਡੰਗਰ ਘੋੜੀਆਂ ਮੱਝਾਂ ਗਾਵਾਂ ਬਲਦ ਨੇ, ਕੱਲ੍ਹ ਨੂੰ ਖੋ ਸਕਦਾ ਸਿੱਖੀ ਕਮਾਨ ਤੁਰਿਆ ਅਤੇ ਇਹ ਚੀਜ਼ਾਂ ਵੀ ਤੇਰੇ ਕੋਲੋਂ ਜਾਂਦੀਆਂ ਰਹਿਣ। ਤੀਸਰੀ ਗੱਲ, ਅੱਜ ਤੇਰੇ ਘਰ ਵਿੱਚ ਨੌਕਰ ਨੇ, ਹੋ ਸਕਦਾ ਕੱਲ੍ਹ ਨੂੰ ਸਮਾਂ ਐਸਾ ਬਣੇ ਤੈਨੂੰ ਕਿਸੇ ਦੇ ਘਰ ਵਿੱਚ ਨੌਕਰ ਰਹਿਣਾ ਪੈ ਜਾਏ। ਜੇ ਇੰਨੇ ਦੁੱਖ ਮੁਸੀਬਤ ਆ ਗਈ ਉਹਨੂੰ ਝੱਲ ਲਏਗਾ? ਅਤੇ ਕਹਿੰਦੇ ਉਹ ਸੱਜਣ ਨੇ ਖੱਤ ਜੋੜ ਕੇ ਕਿਹਾ, ਮਾਲਕ ਪਿੰਡ ਦੀ ਚੌਧਰ ਚਲੀ ਜਾਏ, ਗਰੀਬੀ ਭਾਵੇਂ ਮੇਰੇ ਕੋਲ ਆ ਜਾਏ, ਮਾਲ ਡੰਗਰ ਜ਼ਮੀਨ ਵੀ ਚਲਾ ਜਾਏ, ਪਰ ਇੱਕ ਕਿਰਪਾ ਕਰਿਓ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਓ, ਸਭ ਕੁਝ ਚਲਾ ਜਾਏ ਪਰ ਤੇਰੇ ਘਰ ਦਾ ਪਿਆਰ ਨਾ ਮੇਰੇ ਤੋਂ ਚਲਾ ਜਾਏ। ਮਹਾਰਾਜ ਜੀ ਨੇ ਕਿਹਾ ਕਿ ਠੀਕ। ਉਹ ਆਪਣੇ ਘਰ ਗਏ। ਮੈਂ ਸਾਖੀ ਨਹੀਂ ਕੇਵਲ, ਸਿਰਫ ਇੱਕ ਉਦਾਹਰਣ ਦੇਣ ਲੱਗਾ ਪਿਆਰਿਓ, ਸੇਵਾ ਕਰਨੀ ਤਾਂ ਆਪਣੀ ਮੈਂ ਨੂੰ ਮਾਰਨਾ ਹੈ, ਸੇਵਾ ਕਰਨੀ ਖੋਮੇ ਦਾ ਪ੍ਰਗਟਾਵਾ ਨਹੀਂ। ਜਦੋਂ ਕੋਈ ਸੇਵਾ ਕਰਦਿਆਂ ਮੈਂ ਮਾਰ ਦਿੰਦਾ ਸੱਚ ਇਵੇਂ ਉਸ ਸੇਵਕ ਵਿੱਚ ਸਵਾਮੀ ਪ੍ਰਗਟ ਹੋ ਜਾਂਦਾ ਹੈ, ਉਸ ਵਿੱਚ ਰੱਬ ਪ੍ਰਗਟ ਹੁੰਦਾ ਹੈ। ਆਓ ਮੈਂ ਇੱਕ ਦੋ ਬੇਨਤੀਆਂ ਉਸ ਸੰਬੰਧੀ ਕਹਿ ਦਿਆਂ। ਉਸ ਸਿੱਖ ਦਾ ਅਸਲੀ ਨਾਮ ਸੀ ਭਾਈ ਤੀਰਥਾ, ਮੰਝ ਕੀ ਦਾ ਰਹਿਣ ਵਾਲਾ ਸੀ ਅਤੇ ਉਹਨਾਂ ਨੂੰ ਭਾਈ ਮੰਝ ਕਿਹਾ ਜਾਂਦਾ ਹੈ, ਨਾਮ ਉਹਨਾਂ ਦਾ ਭਾਈ ਤੀਰਥਾ ਸੀ, ਪਰ ਇਤਿਹਾਸ ਵਿੱਚ ਪ੍ਰਚਲਿਤ ਨਾਮ ਹੈ ਭਾਈ ਮੰਝ। ਇਹਨੇ ਸੇਵਾ ਕਰਨੀ, ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਪ੍ਰਣ ਕਰ ਲਿਆ। ਇਹ ਘਰ ਵਿੱਚ ਗਿਆ, ਕਬਰ ਬਣਾਈ ਹੋਈ ਸੀ, ਇਹਨੇ ਕਬਰ ਨੂੰ ਢਾਹ ਦਿੱਤਾ। ਚੇਤੇ ਰੱਖਿਓ ਉਹ ਆਪ ਹੀ ਬਣਾਈ ਸੀ, ਭਰਮ ਪਾਲ ਰਿਹਾ ਸੀ। ਇਹਨੇ ਦੀਵਾ ਬਾਲਣਾ ਬੰਦ ਕਰ ਦਿੱਤਾ। ਪਿੰਡ ਦੇ ਲੋਕ ਜਿਹੜੇ ਸਰਵਰ ਦੇ ਪੁਜਾਰੀ ਸਨ, ਜਿਨ੍ਹਾਂ ਨੇ ਇਹਨੂੰ ਆਪਣਾ ਆਗੂ ਬਣਾਇਆ, ਉਹਨਾਂ ਆ ਕੇ ਕਿਹਾ ਤੂੰ ਸਰਵਰ ਨੂੰ ਢਾਹ ਦਿੱਤਾ, ਅਸੀਂ ਤੈਨੂੰ ਚੌਧਰੀ ਨਹੀਂ ਮੰਨਦੇ। ਬਰਾਦਰੀ 'ਚ ਆ ਕੇ ਕਹਿਣ ਲੱਗੇ ਤੇਰੀ ਚੌਧਰ ਚਲੀ ਗਈ। ਉਹਨੇ ਕਿਹਾ ਸ਼ੁਕਰ ਰੱਬ ਦਾ। ਕਹਿੰਦਾ ਇਹ ਚੌਧਰ ਵਾਲਾ ਛੱਜ, ਇਹ ਖੌਮੇ ਦੀ ਪੰਡ ਤਾਂ ਮੈਂ ਗੁਰੂ ਨਾਨਕ ਦੇ ਜੋੜਿਆਂ ਵੀ ਸੱਟ ਆਇਆ, ਮੈਨੂੰ ਇਹ ਚੌਧਰ ਨਹੀਂ ਚਾਹੀਦੀ, ਮੈਨੂੰ ਚੌਧਰ ਨਹੀਂ ਚਾਹੀਦੀ, ਇਕੱਲੀ ਸੇਵਾ। ਕਹਿੰਦੇ ਨੇ ਰੱਬ ਦੀ ਕਰਨੀ। ਬਿਰਾਦਰੀ ਨੇ ਪਰਿਵਾਰ ਨੇ ਕਹਿ ਦਿੱਤਾ ਜੇ ਤੂੰ ਸਿੱਖੀ ਕਮਾਉਣੀ ਹੈ ਤੇ ਸੱਚ ਇਵੇਂ ਸਾਡੀ ਬਿਰਾਦਰੀ ਨਾਲ ਤੇਰਾ ਕੋਈ ਰਿਸ਼ਤਾ ਨਹੀਂ। ਕਹਿੰਦਾ ਇਹ ਤੁਹਾਡੀ ਮਰਜ਼ੀ, ਤੁਸੀਂ ਰੱਖਣਾ ਬਰਾਦਰੀ 'ਚ ਰੱਖੋ, ਨਹੀਂ ਰੱਖਣਾ ਨਾ ਰੱਖੋ, ਪਰ ਸੱਚ ਇਵੇਂ ਤੁਸੀਂ ਬਰਾਦਰੀ 'ਚੋਂ ਧੱਕਾ ਬਾਹਰ ਕੱਢ ਦਿਓਗੇ, ਮੈਨੂੰ ਗੁਰੂ ਨਾਨਕ ਦੀ ਸੰਗਤ ਮਿਲ ਗਈ, ਉਹਨੇ ਸੰਗਤ ਵਿੱਚ ਰੱਖ ਲਿਆ, ਹੁਣ ਮੈਨੂੰ ਬਰਾਦਰੀ ਦੀ ਕੋਈ ਮੁਥਾਜੀ ਨਹੀਂ। ਰੱਬ ਦੀ ਕਰਨੀ, ਚੌਧਰ ਚਲੀ ਗਈ, ਬਰਾਦਰੀ ਨੇ ਛੇਕ ਦਿੱਤਾ। ਕੁਝ ਦਿਨ ਲੰਘੇ, ਕਹਿੰਦੇ ਨੇ ਉਹਦਾ ਮਾਲ ਡੰਗਰ ਮਰਨਾ ਸ਼ੁਰੂ ਹੋ ਗਿਆ। ਮੈਂ ਤਾਂ ਬੇਨਤੀ ਕਰਨ ਲੱਗਾ, ਗੁਰਮੁਖੋ ਸੇਵਾ ਦਾ ਅਰਥ ਇਕੱਲਾ ਇਹ ਨਹੀਂ, ਮੈਂ ਸੇਵਾ ਕਰ ਰਿਹਾ ਮੇਰੇ ਘਰ ਪੁੱਤਰ ਪੈਦਾ ਹੋ ਜਾਏ, ਮੈਂ ਸੇਵਾ ਕਰ ਰਿਹਾ ਮੈਨੂੰ ਪਦਵੀ ਮਿਲ ਜਾਏ, ਮੈਂ ਸੇਵਾ ਕਰ ਰਿਹਾ ਮੇਰੇ ਦੌਲਤ ਵੱਧ ਜਾਏ, ਮੈਂ ਸੇਵਾ ਕਰ ਰਿਹਾ ਮੇਰਾ ਬਿਜ਼ਨਸ ਵੱਧ ਜਾਏ। ਮੈਂ ਬੇਨਤੀ ਕਰਾਂ ਪਰਮ ਸੇਵਕ ਹੋਵੇ ਕਿ ਸਭ ਕੁਝ ਚਲਾ ਜਾਏ ਪਰ ਆਪਣੇ ਗੁਰੂ ਦਾ ਪੱਲਾ ਕਦੀ ਨਾ ਛੱਡੇ। ਰੱਬ ਦੀ ਕਰਨੀ, ਉਹਦਾ ਮਾਲ ਡੰਗਰ ਚਲਾ ਗਿਆ, ਪਸ਼ੂ ਮਰਨੇ ਸ਼ੁਰੂ ਹੋ ਗਏ। ਇਤਿਹਾਸ ਕਹਿੰਦਾ ਹੈ
ਕਿ ਜਿੱਦਣ ਉਹਦੀ ਮੱਝ ਦੁੱਧ ਦੇਣ ਵਾਲੀ ਮਰੀ ਤੇ ਉਹਨੇ ਮੱਝ ਕੋਲ ਖਲੋ ਕੇ ਗੱਲ ਕਹੀ, ਕਹਿਣ ਲੱਗਾ ਤੇਰਾ ਵੀ ਧੰਨਵਾਦ, ਤੇਰਾ ਦੁੱਧ ਮੇਰੇ ਬੱਚਿਆਂ ਨੇ ਪੀਤਾ, ਤੇਰੇ ਦੁੱਧ ਨੇ ਮੇਰੇ ਪਰਿਵਾਰ ਨੂੰ ਤਾਕਤ ਦਿੱਤੀ। ਸੱਚ ਇਵੇਂ ਕਿ ਜ਼ਮੀਨ ਵੀ ਚਲੀ ਗਈ, ਮਾਲ ਡੰਗਰ ਵੀ ਚਲਾ ਗਿਆ, ਜਿਹੜਾ ਪਿੰਡ ਦਾ ਚੌਧਰੀ ਸੀ, ਜਿਹਦੇ ਘਰ ਵਿੱਚ ਲੋਕ ਨੌਕਰੀ ਕਰਦੇ ਸਨ, ਸੱਚ ਇਵੇਂ ਚੌਧਰੀ ਕਿਸੇ ਦੇ ਘਰ ਵਿੱਚ ਨੌਕਰ ਰਹਿਣ ਲਈ ਮਜਬੂਰ ਹੋ ਗਿਆ, ਇਹਦਾ ਪਰਿਵਾਰ ਨੌਕਰੀ ਕਰਨ ਲੱਗ ਪਿਆ। ਧੰਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਦੀ ਧਰਤੀ 'ਤੇ ਨੇ ਅਤੇ ਕਹਿੰਦੇ ਨੇ ਹਜ਼ੂਰ ਨੇ ਆਪਣੇ ਇੱਕ ਸਿੱਖ ਨੂੰ ਕੋਲ ਬੁਲਾਇਆ ਅਤੇ ਇੱਕ ਹੁਕਮਨਾਮਾ ਲਿਖ ਕੇ ਭੇਜਿਆ। ਕਹਿਣ ਲੱਗੇ ਫਲਾਂ ਫਲਾਂ ਪਿੰਡ ਵੀ ਚਲਾ ਜਾ, ਉੱਥੇ ਸਾਡਾ ਇੱਕ ਸੇਵਾਦਾਰ ਰਹਿੰਦਾ ਜਿਹਦਾ ਨਾਮ ਹੈ ਭਾਈ ਮੰਝ। ਆ ਸਾਡੀ ਹੁਕਮਨਾਮਾ, ਸਾਡੀ ਚਿੱਠੀ, ਸਾਡੀ ਪੱਤਰਿਕਾ ਉਸ ਨੂੰ ਜਾ ਕੇ ਦੇਣੀ। ਸੇਵਾਦਾਰ ਚੱਲ ਪਿਆ ਜੀ। ਜਦੋਂ ਪਿੰਡ ਵਿੱਚ ਪਹੁੰਚਿਆ ਉਹਨੇ ਪੁੱਛਿਆ ਇੱਥੇ ਕੋਈ ਮੰਝ ਹੈ? ਲੋਕਾਂ ਕਿਹਾ ਹਾਂ ਹੈ ਤੇ ਸਹੀ, ਉਹ ਤਾਂ ਗਰੀਬੜਾ ਜਿਹਾ ਹੈ, ਘਾਹ ਖੋਦ ਕੇ ਆਪਣਾ ਗੁਜ਼ਾਰਾ ਕਰਦਾ। ਉਹ ਸਿੱਖ ਭਾਈ ਮੰਝ ਦੇ ਕੋਲ ਚਲਾ ਗਿਆ, ਉਹ ਘਾਹ ਖੋਦ ਰਿਹਾ ਸੀ। ਉਹਨੂੰ ਜਾ ਕੇ ਕਹਿੰਦਾ ਮੰਝ, ਮੈਨੂੰ ਧੰਨ ਗੁਰੂ ਅਰਜੁਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਭੇਜਿਆ ਹੈ। ਭਾਈ ਮੰਝ ਖੱਤ ਝਾੜ ਕੇ ਉੱਠ ਕੇ ਖਲੋ ਗਏ। ਕਹਿਣ ਲੱਗੇ ਗੁਰੂ ਅਰਜੁਨ ਦੇਵ ਦੇ ਕੋਲੋਂ ਆਇਆ? ਕਹਿੰਦਾ ਹਾਂ, ਉਹਦੇ ਚਰਨਾਂ ਦੀ ਧੂੜ ਆਪਣੇ ਮੱਥੇ 'ਤੇ ਲਾਈ। ਕਹਿਣ ਲੱਗੇ ਕਿੰਨੇ ਮੇਰੇ ਭਾਗ ਚੰਗੇ, ਮੇਰੇ ਗੁਰੂ ਦਾ ਸਿੱਖ ਅੱਜ ਗੁਰੂ ਘਰੋਂ ਗੁਰਦੁਆਰੇ ਤੋਂ ਚੱਲ ਕੇ ਮੇਰੇ ਘਰ ਵਿੱਚ ਆਇਆ ਹੈ। ਕਹਿਣ ਲੱਗੇ ਦੱਸੋ ਗੁਰੂ ਅਰਜੁਨ ਦੇਵ ਦੀ ਰਾਜੀ ਖੁਸ਼ੀ ਪੁੱਛੀ। ਕਹਿਣ ਲੱਗੇ ਸਾਨੂੰ ਤੇਰੇ ਕੋਲ ਭੇਜਿਆ, ਆ ਚਿੱਠੀ ਆ ਹੁਕਮ ਤੇਰੇ ਨਾਮ ਦਾ ਹੈ। ਕਹਿਣ ਲੱਗਾ ਲਿਆਓ। ਕਹਿਣ ਲੱਗੇ ਪਰ ਇਹ ਹੁਕਮਨਾਮਾ 20 ਰੁਪਈਏ ਲੈਣ ਤੋਂ ਬਾਅਦ ਤੈਨੂੰ ਦਿੱਤਾ ਜਾਏਗਾ, ਪਹਿਲਾਂ 20 ਰੁਪਈਏ ਦੇ। ਗੁਰੂ ਦਾ ਹੁਕਮ ਸੀ ਕਿ ਰੁਪਈਆਂ ਤੋਂ ਬਾਅਦ ਦੇਣਾ, ਹੁਣ ਉਹ ਘਾਹ ਖੋਦਰ ਕੇ ਗੁਜ਼ਾਰਾ ਕਰਦਾ। 20 ਰੁਪਈਏ ਕੋਈ ਛੋਟੀ ਜਿਹੀ ਗੱਲ ਨਹੀਂ ਸੀ, ਬੜੀ ਵੱਡੀ ਗੱਲ ਸੀ ਉਸ ਵੇਲੇ। ਉਹਦੀ ਘਰ ਵਾਲੀ, ਉਹਦੀ ਬੇਟੀ, ਸੱਚ ਇਵੇਂ ਸ਼ਾਹੂਕਾਰ ਦੇ ਘਰ ਵਿੱਚ ਨੌਕਰੀ ਕਰਨ ਲਈ ਮਜਬੂਰ ਹੋਈਆਂ, ਉਹਨਾਂ 20 ਰੁਪਈਏ ਲੈ ਆਉਂਦੇ। ਭਾਵੇਂ ਕਈਆਂ ਨੇ ਉਹਦੇ ਸੰਬੰਧ ਵਿੱਚ ਗਹਿਣੇ ਪੈਣ ਦਾ ਜ਼ਿਕਰ, ਵੇਚਣ ਦਾ ਜ਼ਿਕਰ ਕੀਤਾ, ਪਰ ਮੈਂ ਬੇਨਤੀ ਕਰਾਂ, ਸ਼ਾਹੂਕਾਰ ਦੇ ਘਰ ਵਿੱਚ ਬੇਟੀ ਅਤੇ ਘਰ ਵਾਲੀ ਕੰਮ ਕਰਨ ਵਾਸਤੇ ਤੁਰ ਪਈਆਂ, 20 ਰੁਪਈਏ ਆਉਂਦੇ। ਅਤੇ ਜਦੋਂ 20 ਰੁਪਈਏ ਦੇ ਕੇ ਹੁਕਮਨਾਮਾ ਲਿਆ, ਰਾਤ ਪੈ ਚੁੱਕੀ ਸੀ, ਦੀਵੇ ਅਤੇ ਚਾਨਣ ਵਿੱਚ ਉਹ ਕਾਗਜ਼ ਪੜਿਆ ਅਤੇ ਉਸ ਕਾਗਜ਼ ਉੱਤੇ ਸਿਰਫ ਇੰਨਾ ਕੁ ਲਿਖਿਆ ਸੀ ਕਿ ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਵਾਹਿਗੁਰੂ ਯਾਦ ਆਵੇ, ਤੈਨੂੰ ਪਰਮਾਤਮਾ ਯਾਦ ਆਵੇ। ਕਹਿੰਦੇ ਨੇ ਜਿਉਂ ਉਹਨੇ ਪੜ੍ਹਿਆ ਅਤੇ ਅੱਖਾਂ 'ਚੋਂ ਨੀਰ ਦੀ ਝੜੀ ਲੱਗੀ, ਰੋ ਪਿਆ, ਕਾਗਜ਼ ਭਿੱਜ ਗਿਆ। ਲਿਆਉਣ ਵਾਲੇ ਸਿੱਖ ਨੇ ਸੋਚਿਆ ਸ਼ਾਇਦ ਕਿ 20 ਰੁਪਈਏ ਵੀ ਦਿੱਤੇ ਅਤੇ ਪਛਤਾਵੇ ਕਰਕੇ ਰੋ ਰਿਹਾ ਕਿ ਲਿਖਿਆ ਕੀ। ਉਹ ਸਿੱਖ ਪੁੱਛਦਾ, ਜੇ ਤੈਨੂੰ ਦੁੱਖ ਹੈ ਤੂੰ 20 ਰੁਪਈਏ ਲੈ ਲੈ, ਤੂੰ ਵਾਪਸ ਦੇ ਦੇ ਹੁਕਮ ਹੈ ਇਹ ਕਾਗਜ਼। ਕਹਿਣ ਲੱਗਾ ਪਛਤਾਵੇ ਦੇ ਅਥਰੂ ਨਹੀਂ, ਇਹ ਸ਼ੁਕਰਾਨੇ ਦੇ ਅਥਰੂ ਨੇ, ਇਹ ਖੁਸ਼ੀ ਦੇ ਅਥਰੂ ਨੇ। ਕਹਿੰਦਾ ਕੀ ਖੁਸ਼ੀ ਦੇ ਅਥਰੂ? 20 ਰੁਪਈਏ ਦੇ ਕੇ ਤੈਨੂੰ ਆਹ ਕੁਝ ਮਿਲਿਆ, ਘਾਹ ਖੋਤਰ ਕੇ ਤੂੰ ਗੁਜ਼ਾਰਾ ਕਰਨਾ। ਉਹ ਕਹਿੰਦਾ ਖੁਸ਼ੀ ਦੇ ਅਥਰੂ ਆਂਸੂ ਇਸ ਕਰਕੇ ਨੇ ਕਿ ਮੇਰੇ ਵਰਗੇ ਗੁਰੂ ਅਰਜੁਨ ਦੇਵ ਦੇ ਦਰਬਾਰ ਵਿੱਚ ਉਹਨਾਂ ਦਾ ਨਾਮ, ਉਹਨਾਂ ਨੂੰ ਗੁਰੂ ਆਵਾਜ਼ ਮਾਰੇ, ਉਹਨਾਂ ਦਾ ਨਾਮ ਲਿਖ ਕੇ ਕਾਗਜ਼ ਭੇਜੇ। ਕਹਿੰਦਾ ਉਸ ਦੇ ਦਰਬਾਰ ਵਿੱਚ ਅਰਬਾਂ ਪਤੀ ਸਿੱਖ ਨੇ, ਮੈਂ ਸ਼ੁਕਰਾਨਾ ਤਾਂ ਕਰਨਾ ਵਾਂ
ਕਿ ਇੰਨੇ ਅਮੀਰ ਸਿੱਖਾਂ ਦੇ ਵਿੱਚ ਵੀ ਗੁਰੂ ਨੇ ਘਾਹ ਖੋਤਰਨ ਵਾਲੇ ਨੂੰ ਭੁਲਾਇਆ ਨਹੀਂ, ਉਹਦਾ ਸ਼ੁਕਰਾਨਾ ਕਰਨਾ ਵਾ। ਕਹਿੰਦੇ ਨੇ ਸੱਚਮੁੱਚ ਇਸ ਦਿਨ ਤੋਂ ਬਾਅਦ ਜਿੱਦਣ ਗਿਆ ਤੈਨੂੰ ਗੁਰੂ ਚੇਤੇ ਆਵੇ, ਭਾਈ ਮੰਝ ਦਾ ਜੀਵਨ ਹੋਰ ਬਦਲ ਗਿਆ। ਸੁੱਤਿਆਂ ਬੈਠਦਿਆਂ ਜਾਗਦਿਆਂ ਕੇਵਲ ਉਹਨੂੰ ਗੁਰੂ ਯਾਦ ਆਉਣ ਲੱਗ ਪਿਆ, ਉਹ ਵਾਹਿਗੁਰੂ ਜੀ ਦੀ ਯਾਦ ਵੀ ਜੁੜ ਗਿਆ। ਕੁਝ ਮਹੀਨਿਆਂ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਸਿੱਖ ਭੇਜਿਆ, ਉਹਦੇ ਹੱਥ ਚਿੱਠੀ ਭੇਜੀ, ਹੁਕਮ ਭੇਜਿਆ, ਭਾਈ ਮੰਝ ਕੋਲੋਂ ਦੁਬਾਰਾ ਆਇਆ। ਭਾਈ ਮੰਝ ਕਹਿੰਦਾ ਅੱਜ ਫਿਰ ਪੈਸੇ ਦੇ ਕੇ ਹੁਕਮ? ਉਹ ਕਹਿਣ ਲੱਗੇ ਨਹੀਂ, ਅੱਜ ਤਾਂ ਸਿਰਫ ਇੱਕੋ ਕਹਿ ਕੇ ਹੁਕਮ ਪੜ੍ਹਦਿਆਂ ਸਾਰ ਇਹਦੇ 'ਤੇ ਅਮਲ ਸ਼ੁਰੂ ਕਰੋ, ਜੇ ਦੁਪਹਿਰ ਹੈ ਤਾਂ ਚੱਲ ਪਵੋ, ਜੇ ਸ਼ਾਮ ਪੈ ਗਈ ਹੈ ਤਾਂ ਇਸ ਹੁਕਮ ਨੂੰ ਪੜ੍ਹ ਕੇ ਰਾਤ ਵਿਸ਼ਰਾਮ ਕਰੋ ਅਤੇ ਸੁਬਾਹ ਅੰਮ੍ਰਿਤ ਵੇਲੇ ਹੀ ਚੱਲ ਪਵੋ। ਉਹਨੇ ਜਦੋਂ ਹੁਕਮ ਦਿੱਤਾ ਤਾਂ ਉਹਦੇ 'ਤੇ ਇੱਕ ਗੱਲ ਲਿਖੀ ਸੀ ਕਿ ਭਾਈ ਮੰਝ ਲੰਗਰ ਦੀ ਸੇਵਾ ਵਾਸਤੇ ਤੁਹਾਡੀ ਲੋੜ ਪੈ ਗਈ, ਲੰਗਰ ਦੀ ਸੇਵਾ ਵਿੱਚ ਤੁਹਾਡੀ ਜ਼ਰੂਰਤ ਹੈ। ਜਦੋਂ ਕਹਿੰਦੇ ਨੇ ਹੁਕਮਨਾਮਾ ਪੜ੍ਹਿਆ ਤਾਂ ਭਾਈ ਮੰਝ ਦਾ ਰੋਮ ਰੋਮ ਗੁਰੂ ਦੇ ਸ਼ੁਕਰ ਵੀ ਜੁੜ ਗਿਆ। ਘਰ ਵਾਲੀ ਨੇ ਪੁੱਛਿਆ ਅੱਜ ਕੀ ਗੁਰਦੇਵ ਨੇ ਲਿਖਿਆ? ਕਹਿਣ ਲੱਗੇ ਅੱਗੇ ਤਰਸ ਕਰਕੇ ਸਿਮਰਨ ਦੀ ਦਾਤ ਦਿੱਤੀ, ਇਹ ਕਿਹਾ ਤੈਨੂੰ ਰੱਬ ਵਾਹਿਗੁਰੂ ਚੇਤੇ ਆਵੇ, ਅੱਜ ਤਰਸ ਦੇ ਘਰ ਵਿੱਚ ਆਏ, ਸਿਮਰਨ ਦੇ ਨਾਲ ਨਾਲ ਸੇਵਾ ਦੀ ਦਾਤ ਦੇ ਦਿੱਤੀ, ਕਹਿ ਦਿੱਤਾ ਕਿ ਗੁਰੂ ਕੇ ਲੰਗਰਾਂ ਵਿੱਚ ਤੇਰੀ ਜ਼ਰੂਰਤ ਪੈ ਗਈ। ਰਾਤ ਖੁਸ਼ੀ ਨਾਲ ਬਤੀਤ ਹੋਈ। ਮੈਂ ਸੰਖੇਪ ਜੀ ਬੇਨਤੀ ਕਰਾਂ, ਸਵੇਰੇ ਭਾਈ ਮੰਝ ਆਪਣੇ ਪਰਿਵਾਰ ਨੂੰ ਮਿਲ ਕੇ ਚੱਲ ਪਿਆ, ਪਰਿਵਾਰ ਨੂੰ ਕਹਿੰਦਾ ਸ਼ੁਕਰਾਨੇ ਵਿੱਚ ਰਿਹਾ ਜੇ, ਗੁਰੂ ਦੀ ਬਾਣੀ ਪੜਿਓ, ਡੋਲਿਓ ਨਾ, ਇੱਕ ਦਿਨ ਗੁਰੂ ਅਰਜਨ ਦੇਵ ਤੁਹਾਨੂੰ ਵੀ ਜ਼ਰੂਰ ਬੁਲਾਉਣਗੇ। ਜਦੋਂ ਅੰਮ੍ਰਿਤਸਰ ਪਹੁੰਚਿਆ ਮਹਾਰਾਜ ਜੀ ਨੇ ਕਿਹਾ ਭਾਈ ਮੰਝ ਤੇਰੀ ਸੇਵਾ ਏਵੇ ਕਿ ਜੰਗਲ ਵੀ ਜਾਣਾ, ਲੱਕੜਾਂ ਪਾੜ, ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਲੰਗਰ ਵਿੱਚ ਲਿਆ, ਬਸ ਤੇਰੀ ਸੇਵਾ ਏਵੇ, ਸਵੇਰੇ ਜਾਣਾ, ਸ਼ਾਮ ਤੱਕ ਲੱਕੜਾਂ ਪਾੜਨੀਆਂ, ਲੱਕੜਾਂ ਕੱਟਣੀਆਂ, ਸੁੱਕਣੇ ਪਾਣੀਆਂ, ਜਦੋਂ ਸੁੱਕ ਜਾਣੀਆਂ ਤੇ ਪੰਡ ਬੰਨ ਕੇ ਉਹਨੂੰ ਸੰਗਤ ਵਿੱਚ ਲੈ ਆਉਣਾ, ਲੰਗਰ ਦੇ ਭਾਂਡੇ ਮਾਂਜਣੇ, ਕੀਰਤਨ ਪਿੱਛੇ ਬੈਠ ਕੇ ਸੁਣਨਾ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਲੰਗਰ ਵਿੱਚ ਆ ਗਏ, ਲਾਂਗਰੀ ਨੂੰ ਪੁੱਛਦੇ ਨੇ ਕਿ ਇੱਥੇ ਇੱਕ ਮੰਝ ਆਇਆ ਸੇਵਾਦਾਰ, ਲੱਕੜਾਂ ਲੈ ਕੇ ਆਉਂਦਾ। ਕਹਿਣ ਲੱਗੇ ਮਹਾਰਾਜ ਨੇਮ ਨਾਲ ਇੱਕ ਪੰਡ ਲੱਕੜਾਂ ਦੀ ਉਹ ਰੋਜ਼ ਲੈ ਕੇ ਆਉਂਦਾ। ਕਹਿਣ ਲੱਗੇ ਲੰਗਰ ਕਿੱਥੋਂ ਛਕਦਾ? ਮਹਾਰਾਜ ਲੰਗਰ ਪੰਗਤ ਵਿੱਚ ਬੈਠ ਕੇ ਛਕਦਾ, ਭਾਂਡੇ ਵੀ ਸੰਗਤ ਦੇ ਮਾਂਜਦਾ। ਅਤੇ ਜਾਂਦਿਆਂ ਇੱਕ ਗੱਲ ਕਹਿ ਗਏ, ਅੱਜ ਜਦੋਂ ਲੰਗਰ ਛਕਣ ਆਏ ਤਾਂ ਸਾਡਾ ਸੁਨੇਹਾ ਦੇ ਦੇਈਂ। ਮਹਾਰਾਜ ਕੀ? ਉਹਨੂੰ ਇੱਕ ਗੱਲ ਕਹੀ, ਕੁਝ ਸੇਵਾ ਕਰਨ ਆਏ ਕਿ ਮਜ਼ਦੂਰੀ ਕਰਨ ਆਇਆ ਹੈ? ਜਿੰਨੀ ਲੱਕੜ ਲੈ ਕੇ ਆਉਂਦੇ ਉਹਨਾਂ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੇ, ਇਹ ਸੇਵਾ ਹੋਈ ਕਿ ਮਜ਼ਦੂਰੀ ਹੋਈ? ਕਹਿੰਦੇ ਨੇ ਇੰਨੀ ਗੱਲ ਲਾਂਗਰੀ ਨੂੰ ਕਹਿ ਕੇ ਮਹਾਰਾਜ ਚਲੇ ਗਏ। ਭਾਈ ਮੰਝ ਆਇਆ, ਉਹਨੇ ਲੱਕੜਾਂ ਦੀ ਪੰਡ ਸੱਟੀ, ਭਾਂਡੇ ਮਾਂਜੇ, ਅਤੇ ਜਦੋਂ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗਾ ਤਾਂ ਕਹਿੰਦੇ ਨੇ ਲਾਂਗਰੀ ਨੇ ਕਹਿ ਦਿੱਤਾ, ਭਾਈ ਮੰਝ ਅੱਜ ਧੰਨ ਗੁਰੂ ਅਰਜਨ ਦੇਵ ਲੰਗਰ ਵਿੱਚ ਆਏ ਸਨ। ਕਹਿਣ ਲੱਗਾ ਸੱਚੀ ਸਰਕਾਰ ਆਏ? ਕਹਿਣ ਲੱਗੇ ਤੇਰੇ ਬਾਰੇ ਪੁੱਛ ਰਹੇ ਸਨ। ਇੱਕੋ ਦਮ ਪੰਗਤ 'ਚੋਂ ਖੜਾ ਹੋ ਗਿਆ, ਕਹਿੰਦਾ ਮੇਰੇ ਬਾਰੇ? ਕਹਿਣ ਲੱਗੇ ਖਾਂ ਕੀ ਪੁੱਛਿਆ? ਕਹਿੰਦੇ ਨੇ ਪੁੱਛਦੇ ਸਨ ਲੱਕੜਾਂ ਦੀ ਸੇਵਾ ਕਰ ਰਿਹਾ, ਅਸੀਂ ਕਿਹਾ ਮਹਾਰਾਜ ਖਾਂ, ਅਤੇ ਨਾਲੇ ਪੁੱਛਦੇ ਸਨ ਲੰਗਰ ਕਿੱਥੋਂ ਛਕਦਾ? ਕਹਿਣ ਲੱਗੇ ਅਸੀਂ ਦੱਸ ਦਿੱਤਾ ਸੀ ਕਿ ਪੰਗਤ ਵਿੱਚ ਬੈਠ ਕੇ ਛਕਦਾ।
ਤੇ ਕਹਿੰਦੇ ਮਹਾਰਾਜ ਨੇ ਫਿਰ ਕੀ ਕਿਹਾ? ਲਾਂਗਰੀ ਥੋੜਾ ਜਿਹਾ ਚੁੱਪ ਕਰ ਗਿਆ, ਕਹਿਣ ਲੱਗਾ ਤੂੰ ਦੱਸ ਦੇ ਕੀ ਕਿਹਾ? ਕਹਿਣ ਲੱਗੇ ਮਹਾਰਾਜ ਜਾਂਦਿਆਂ ਕਹਿ ਗਏ ਸਨ ਉਹਨੂੰ ਸੁਨੇਹਾ ਦੇ ਦੇਈ ਕਿ ਸੇਵਾ ਕਰਨਾ ਹੈ ਕਿ ਮਜ਼ਦੂਰੀ ਕਰਨਾ ਹੈ? ਆਖ ਤੂੰ ਜਿੰਨੀ ਸੇਵਾ ਕਰਨਾ ਉਹਨਾਂ ਲੰਗਰ ਛਕ ਲਿਆ। ਕਹਿੰਦੇ ਨੇ ਭਾਈ ਮੰਚ, ਉਹਦੀਆਂ ਅੱਖਾਂ 'ਚ ਪਾਣੀ ਸੀ, ਬਰਤਨ ਛੱਡ ਕੇ ਉੱਠ ਕੇ ਖੜਾ ਹੋ ਗਿਆ। ਲਾਂਗਰੀ ਕਹਿੰਦਾ ਆਈ ਤਾਂ ਸ਼ੱਕ ਤੂੰ? ਕਹਿਣ ਲੱਗੇ ਰੋ ਕਿਉਂ ਪਿਆ ਹੈ? ਕਹਿੰਦਾ ਮੈਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਵਾਂ, ਜਿੱਥੇ ਲੱਗਦਾ ਕਿ ਮੈਂ ਜੀਵਨ ਵਿੱਚ ਤਿਲਕਣ ਲੱਗਾ, ਮੇਰਾ ਗੁਰੂ ਮੈਨੂੰ ਖੱਤ ਦੇ ਕੇ ਬਚਾ ਦਿੰਦਾ, ਕੱਲ੍ਹ ਨੂੰ ਮੈਂ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਾਂਗਾ। ਕਹਿੰਦੇ ਨੇ ਇਹਨੇ ਸੇਵਾ ਦੂਣੀ ਕਰ ਦਿੱਤੀ। ਦੋ ਪੰਡਾਂ ਲੱਕੜਾਂ ਦੀਆਂ ਲਿਆਉਣ ਲੱਗਾ, ਇੱਕ ਬਾਜ਼ਾਰ ਵਿੱਚ ਵੇਚਦਾ ਅਤੇ ਇੱਕ ਲੰਗਰ ਵਿੱਚ ਲੈ ਕੇ ਆਉਂਦਾ। ਰੱਬ ਦੀ ਕਰਨੀ, ਕਈ ਸਾਲ ਲੰਘੇ ਸੇਵਾ ਕਰਦਿਆਂ, ਅੱਜ ਬਾਜ਼ਾਰ ਵਿੱਚ ਲੱਕੜਾਂ ਵਿਕੀਆਂ ਨਖੀ। ਕਹਿੰਦੇ ਨੇ ਕੁਝ ਦਿਨ ਭੁੱਖਾ ਵੀ ਰਿਹਾ, ਪਰ ਲੰਗਰ ਵਿੱਚ ਲੱਕੜਾਂ ਲਿਆਉਣੀਆਂ ਬੰਦ ਨਾ ਕੀਤੀਆਂ। ਮੈਂ ਬੇਨਤੀ ਕਰ ਰਿਹਾ ਵਾਂ ਕਿ ਕਥਾ ਸੇਵਾ ਦੀ ਕਰਨੀ ਬੜੀ ਸੌਖੀ ਜੇ, ਪਰ ਜ਼ਿੰਦਗੀ ਵਿੱਚ ਸੇਵਾ ਕਰਨੀ ਮੈਂ ਮੇਰੀ ਮਕਾ ਕੇ ਬੜੀ ਮੁਸ਼ਕਲ ਹੈ। ਮਹਾਰਾਜ ਜੀ ਨੇ ਕਿਹਾ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ, ਬੜੀ ਔਖੀ ਏ, ਪਰ ਜਿਹਨੂੰ ਕਰਨੀ ਆ ਜਾਏ ਸੁੱਖ ਸਾਰ ਉਹਦੀ ਜ਼ਿੰਦਗੀ ਵਿੱਚ ਸੁੱਖ ਆ ਜਾਂਦਾ ਹੈ। ਸਤਿਗੁਰੂ ਨੇ ਤਾਂ ਹੀ ਕਿਹਾ ਖਸਤੀ ਸਿਰ ਜੋ ਅੰਕਸ਼ ਹੈ, ਐਰਨ ਜੋ ਸਿਰ ਦੇ, ਮਨ ਤਨ ਆਗੈ ਰਾਹ ਕਹਿ, ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਵਰਾਜ ਸ੍ਰਿਸ਼ਟ ਕਾਲੇ। ਹੁਣ ਉਹਨੇ ਲੱਕੜਾਂ ਲੈ ਕੇ ਆਉਂਦੇ ਨੇ, ਪਰ ਅੱਜ ਸ਼ਾਮ ਨੂੰ ਲੱਕੜਾਂ ਲੈ ਕੇ ਤੁਰੇ ਅਤੇ ਆਪ ਅੰਮ੍ਰਿਤਸਰ ਜਦੋਂ ਜਾਓ ਅਤੇ ਬਿਲਕੁਲ ਤਰਨ ਤਾਰਨ ਜਦੋਂ ਜਾਂਦੇ ਹਾਂ ਅਤੇ ਰਸਤੇ ਵਿੱਚ ਭਾਈ ਮੰਝ ਦਾ ਖੂਹ ਆਉਂਦਾ ਹੈ, ਗੁਰਦੁਆਰਾ ਸਾਹਿਬ ਬਣਿਆ ਉੱਥੇ। ਹੁਣ ਲੱਕੜਾਂ ਦੀ ਪੰਡ ਲੈ ਕੇ ਚੱਲੇ, ਹਨੇਰੀ ਚੱਲੀ, ਬੱਦਲ ਆਇਆ, ਮੀਂਹ ਵਰਸਿਆ, ਇੰਨੀ ਤੇਜ਼ ਮੀਂਹ ਸੀ ਕਿ ਭਾਈ ਮੰਝ ਲੱਕੜਾਂ ਦੇ ਸਮੇਤ ਖੂਹ ਦੇ ਵਿੱਚ ਡਿੱਗ ਪਏ। ਹਨੇਰਾ ਪੈ ਰਿਹਾ ਸੀ, ਖੂਹ ਵਿੱਚ ਡਿੱਗੇ, ਪਰ ਰੱਬ ਦੀ ਕਰਨੀ ਸੱਟ ਕੋਈ ਨਾ ਲੱਗੀ, ਪੰਡ ਸਿਰ ਉੱਤੇ ਚੁੱਕ ਲਈ ਅਤੇ ਸਾਰੀ ਰਾਤ ਖੂਹ ਵਿੱਚ ਖਲੋ ਕੇ ਬਾਣੀ ਪੜੀ ਗਏ। ਸਾਰੀ ਰਾਤ ਗੁਰੂ ਗੁਰੂ ਪੁਕਾਰੀ ਗਏ। ਸਵੇਰੇ ਇੱਕ ਸਿੱਖ ਲੰਘਿਆ, ਉਹਨੇ ਦੇਖਿਆ ਕਿ ਖੂਹ ਵਿੱਚੋਂ ਆਵਾਜ਼ ਪਈ ਆਉਂਦੀ ਹੈ, ਸਿਰ 'ਤੇ ਲੱਕੜਾਂ ਦੀ ਪੰਡ ਅਤੇ ਥੱਲਿਓਂ ਜਪਜੀ ਦੀ ਆਵਾਜ਼ ਪਈ ਆਵੇ। ਇੱਕ ਬੜਾ ਪਿਆਰਾ ਜੀਵਨ ਲਿਖਿਆ ਭਾਈ ਸਾਹਿਬ ਦਾ ਇੱਕ ਪ੍ਰਿੰਸੀਪਲ ਨਰਿੰਦਰ ਸਿੰਘ ਸੋਚੋਣਾ ਨੇ, ਉਹ ਕਹਿੰਦੇ ਨੇ ਕਿ ਰਾਤ ਰਹਿ ਰਾਜ ਸਾਹਿਬ ਦੇ ਪਾਠ ਤੋਂ ਬਾਅਦ ਸਿਮਰਨ 'ਚ ਲੰਘੀ, ਸਵੇਰੇ ਅੰਮ੍ਰਿਤ ਵੇਲੇ ਇੱਕ ਹੱਥ ਪੰਡ ਨੂੰ ਪਾਇਆ, ਇੱਕ ਹੱਥ ਨਾਲ ਖੂਹ 'ਚੋਂ ਪਾਣੀ ਲੈ ਆਪਣੇ ਚਿਹਰੇ ਨੂੰ ਧੋਤਾ ਅਤੇ ਇੱਕ ਪਾਠ ਕਰਕੇ ਰੋ ਪਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਰੋਜ਼ਾਨਾ ਤੇਰੇ ਸਿੱਖਾਂ ਦੀ ਸੇਵਾ ਅੰਮ੍ਰਿਤ ਵੇਲੇ ਪਾਣੀ ਨਾਲ ਕਰਦਾ ਸਾਂ ਗਰਮ ਜਲ ਕਰਕੇ, ਪਰ ਅੱਜ ਨਾਗਾ ਪੈ ਗਿਆ, ਮੈਨੂੰ ਬਖਸ਼ ਦੇ, ਤੇਰੇ ਸਿੱਖਾਂ ਦੀ ਸੇਵਾ ਨਹੀਂ ਕਰ ਸਕਿਆ। ਕਹਿੰਦੇ ਨੇ ਇਹ ਗੱਲ ਧੰਨ ਗੁਰੂ ਅਰਜਨ ਦੇਵ ਦਰਬਾਰ ਵਿੱਚ ਬੈਠੇ ਨੇ ਜਾ ਕੇ ਦੱਸੀ ਮਹਾਰਾਜ ਕਿ ਉਹ ਤੁਹਾਡਾ ਸੇਵਾਦਾਰ ਜੋ ਰੋਜ਼ ਲੱਕੜਾਂ ਢੋਂਦਾ ਹੈ ਅੱਜ ਖੂਹ ਦੇ ਵਿੱਚ ਡਿੱਗਾ ਹੋਇਆ ਹੈ। ਇਹ ਪਹਿਲਾ ਮੌਕਾ ਸੀ ਗੁਰੂ ਇਤਿਹਾਸ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਕੋਈ ਘੋੜਾ ਪੈਰਾਂ 'ਚ ਜੋੜਾ ਨਹੀਂ, ਸਿਰਫ ਰੱਸਾਂ ਪਕੜਿਆ ਅਤੇ ਆਪ ਉਸ ਖੂਹ ਵੱਲ ਵਾਹੋਦਾਈ ਦੌੜ ਪਏ। ਸਿੱਖ ਸੰਗਤਾਂ ਨਾਲ ਨੇ ਜਦੋਂ ਖੂਹ ਦੇ ਉੱਤੇ ਪਹੁੰਚੇ ਅਤੇ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਸੱਜਣਾ ਇਸ ਲੱਕੜਾਂ ਦੀ ਪੰਡ ਨੂੰ ਥੱਲੇ ਸੱਟ,
ਆ ਰੱਸਾ ਪਕੜ, ਤੂੰ ਰੱਸੇ ਨੂੰ ਪਕੜ ਕੇ ਖੂਹ ਤੋਂ ਉੱਪਰ ਆ ਜਾ। ਕਹਿੰਦੇ ਨੇ ਚੁੱਕੀ ਕੋਈ ਲੱਕੜਾਂ ਦੀ ਗੱਠ ਅਤੇ ਆਵਾਜ਼ ਆਈ ਧੰਨ ਗੁਰੂ ਅਰਜਨ ਦੇਵ ਜੀ ਲਈ, ਮਹਾਰਾਜ ਇਹ ਲੱਕੜਾਂ ਨਹੀਂ ਸੱਟਣੀਆਂ। ਕਹਿਣ ਲੱਗੇ ਕਿਉਂ? ਕਹਿੰਦੇ ਨੇ ਲੱਕੜਾਂ ਦੀ ਪਾਂਡੀ ਖੈ ਜਿਹਨੇ ਮੈਨੂੰ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਥਾਂ ਦਵਾਈ ਹੋਈ ਹੈ। ਇਹ ਲੱਕੜਾਂ ਦੀ ਗੱਠ ਕਰਕੇ ਤਾਂ ਸੰਗਤਾਂ ਦੀ ਸਿੱਖਾਂ ਦੀ ਸੇਵਾ ਹੈ, ਪੰਡ ਨਹੀਂ ਸੱਟਣੀ। ਪਹਿਲਾਂ ਲੱਕੜਾਂ ਬਾਹਰ ਕੱਢੋ, ਮੈਨੂੰ ਬਾਅਦ ਵਿੱਚ। ਇਤਿਹਾਸ ਕਹਿੰਦਾ ਲੱਕੜਾਂ ਪਹਿਲਾਂ ਕੱਢੀਆਂ ਗਈਆਂ, ਬਾਅਦ ਵਿੱਚ ਭਾਈ ਮੰਝ ਬਾਹਰ ਆਏ, ਕੀ ਦੇਖਦੇ ਨੇ ਕਿ ਰੱਸਾ ਪਕੜ ਕੇ ਖਿੱਚਣ ਵਾਲੇ ਧੰਨ ਗੁਰੂ ਅਰਜਨ ਦੇਵ ਆਪ ਨੇ। ਭਾਈ ਮੰਝ ਨੇ ਨਿਕਲਦਿਆਂ ਸਾਹਰ ਧੰਨ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਮੱਥਾ ਟੇਕਿਆ। ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਨੇ ਚਰਨਾਂ 'ਚ ਡਿੱਗੇ ਦੀ ਬਾਂਹ ਪਕੜੀ ਅਤੇ ਕੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ। ਕਹਿਣ ਲੱਗੇ ਭਾਈ ਮੰਝ ਕਿ ਦੇਖ ਤੂੰ ਕੀ ਖੱਟਿਆ ਇਸ ਦਰ 'ਤੇ ਆ ਕੇ। ਧਿਆਨ ਦਿਆ, ਜੇ ਮੈਂ ਬੇਨਤੀ ਕਰ ਰਿਹਾ ਕਿ ਸੇਵਾਦਾਰ ਸਾਰੀ ਜ਼ਿੰਦਗੀ ਸਮਰਪਿਤ ਕਰ ਦੇਣੀ, ਕੀ ਖੱਟਿਆ? ਤੇਰਾ ਪਰਿਵਾਰ ਵੀ ਨੌਕਰ ਮਜ਼ਦੂਰੀ ਕਰ ਰਿਹਾ ਹੈ, ਮਾਲ ਡੰਗਰ ਤੇਰਾ ਚਲਾ ਗਿਆ, ਚੌਧਰ ਤੇਰੀ ਚਲੀ ਗਈ, ਜ਼ਮੀਨ ਤੇਰੀ ਚਲੀ ਗਈ, ਕੀ ਖੱਟਿਆ? ਅਤੇ ਕਹਿੰਦੇ ਨੇ ਰੋ ਕੇ ਕਹਿੰਦਾ ਸੱਚ ਏਵੇ, ਸਭ ਕੁਝ ਚਲਾ ਗਿਆ, ਜੋ ਕੁਝ ਮੈਂ ਖੱਟਿਆ ਉਹ ਦੋ ਜਹਾਨਾਂ ਦੇ ਖਜ਼ਾਨੇ ਨਾਲ ਵੀ ਨਹੀਂ ਕਮਾਇਆ ਜਾ ਸਕਦਾ, ਕੀ ਖੱਟਿਆ? ਕਹਿਣ ਲੱਗੇ ਸਿਰ 'ਤੇ ਤੁਸੀਂ ਕਾਰ ਦੇ ਦਿੱਤੀ ਅਤੇ ਮੇਰੇ ਅੰਦਰ ਕਰਤਾਰ ਦੀ ਯਾਦ ਦੇ ਦਿੱਤੀ, ਸੇਵਾ ਅਤੇ ਸਿਮਰਨ ਮੇਰੀ ਝੋਲੀ 'ਚ ਪਾ ਦਿੱਤਾ, ਮੈਨੂੰ ਨਾਮ ਦਾ ਹੀਰਾ ਬਖਸ਼ ਦਿੱਤਾ, ਮੈਨੂੰ ਸੇਵਾ ਦੀ ਰਹਿਮਤ ਦੇ ਦਿੱਤੀ। ਇੱਥੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਮੰਝ ਕੁਛ ਮੰਗ। ਧਿਆਨ ਦਿਆ ਜੇ ਜੋ ਮੈਂ ਬੇਨਤੀ ਕਰਨ ਲੱਗਾ, ਕੁਛ ਮੰਗ। ਵੇਖੋ ਉਸ ਦਾ ਅੰਦਰ, ਕਹਿਣ ਲੱਗੇ ਸੱਚੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਮੈਨੂੰ, ਕਿਸੇ ਚੀਜ਼ ਦੀ ਲੋੜ ਨਹੀਂ। ਮਹਾਰਾਜ ਅੱਗੇ ਕਹਿੰਦੇ ਨੇ ਮੰਝ ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ, ਤੂੰ ਅਜਾਚੀ ਬਣ ਗਿਆ, ਅਜਾਚੀ ਦਾ ਅਰਥ ਹੈ ਜਿਹਦੇ ਅੰਦਰ ਮੰਗ ਹੀ ਨਾ ਹੋਵੇ, ਕੁਛ ਮੰਗ। ਉਹਨੇ ਹੱਥ ਜੋੜ ਕੇ ਜਿਹੜੀ ਮੰਗ ਮੰਗੀ, ਸੱਚ ਏਵੇ ਆਪਣੇ ਪਰਿਵਾਰ ਲਈ ਨਹੀਂ, ਆਪਣੀ ਸੰਤਾਨ ਲਈ ਨਹੀਂ, ਆਪਣੇ ਬੱਚਿਆਂ ਲਈ ਨਹੀਂ। ਕਹਿਣ ਲੱਗੇ ਜੇ ਤਰੁੱਠੇ ਹੋ ਤਾਂ ਇੱਕ ਮੰਗ ਮੰਗਾਂ। ਕਹਿਣ ਲੱਗੇ ਦੱਸੋ। ਕਹਿੰਦੇ ਨੇ ਮਾਲਕ ਏਡੇ ਕਰੜੇ ਪਰਚੇ ਨਾ ਪਾਈ, ਬੰਦੇ ਦੇ ਡੋਲਦਿਆਂ ਪਤਾ ਨਹੀਂ ਲੱਗਦਾ, ਸਿੱਖਾਂ ਦੇ ਪਰਚੇ ਨਾ ਪਾਇਓ। ਸੱਚ ਏਵੇ ਸੇਵਾ ਆਪ ਕੀਤੀ ਅਤੇ ਮੰਗਿਆ ਫਿਰ ਸਿੱਖਾਂ ਵਾਸਤੇ, ਮਾਲਕ ਏਡਾ ਵੱਡਾ ਪਰਚਾ ਨਾ ਪਾਈ, ਕਿਉਂਕਿ ਆਮ ਬੰਦਾ ਡੋਲ ਜਾਏਗਾ। ਧੰਨ ਗੁਰੂ ਅਰਜਨ ਦੇਵ ਦੇ ਨੇਤਰ ਭੇਜਾ ਏ ਸੀਨੇ ਨਾਲ ਲਾ ਕੇ ਇੱਕ ਬਚਨ ਕਿਹਾ, ਭਾਈ ਮੰਝ ਅੱਜ ਮੰਗਿਆ ਵੀ ਉਹ ਵੀ ਸੰਗਤ ਵਾਸਤੇ। ਅਤੇ ਇੱਕ ਸ਼ਬਦ ਉੱਥੇ ਇਤਿਹਾਸ ਦਾ ਕਿਹਾ, ਮੰਝ ਕਿ ਦੇਖ ਸਾਡੇ ਨਾਨਾ ਜੀ ਨੇ ਕਿਹਾ ਸੀ ਸਾਨੂੰ ਬਾਣੀ ਕਾ ਬੋਝ ਥਾ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਭਾਈ ਮੰਝ ਅੱਜ ਤੋਂ ਬਾਅਦ ਤੂੰ ਵੀ ਜਹਾਜ਼ ਕਹੇ, ਜਿਹੜਾ ਤੇਰੀ ਸਾਖੀ ਪੜੇਗਾ, ਜਿਹੜਾ ਤੇਰੀ ਸਾਖੀ ਕਰੇਗਾ, ਜਿਹੜਾ ਤੇਰੇ ਜੀਵਨ ਨੂੰ ਪੜੇਗਾ, ਜਿਹੜਾ ਤੇਰੀ ਸੰਗਤ ਕਰੇਗਾ, ਤੂੰ ਭਵ ਸਾਗਰ ਤੋਂ ਉਹਨੂੰ ਪਾਰ ਕਰ ਦੇਵੇਂਗਾ। ਇਹ ਇਤਿਹਾਸ ਦੇ ਸ਼ਬਦ ਨੇ ਕਿ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਇ ਥਾ ਜੱਗ ਲੰਘਣ ਹਾਰਾ। ਕਹਿੰਦੇ ਨੇ ਜਦੋਂ ਇਹ ਬਖਸ਼ਾਂ ਕੀਤੀਆਂ, ਭਾਈ ਮੰਝ ਦਾ ਰੋਮ ਰੋਮ ਆਏ ਸ਼ੁਕਰਾਨੇ ਵਿੱਚ। ਮੈਂ ਤਾਂ ਬੇਨਤੀ ਕੀਤੀ, ਗੁਰਮੁਖੋ ਇਹ ਮਤ ਸਮਝੋ ਕਿ ਇਕੱਲੀ ਸਾਖੀ, ਜੋ ਕੁਝ ਬਾਣੀ ਨੇ ਕਿਹਾ ਹੈ
ਸੱਚ ਇਹ ਵੇ ਕਿ ਉਹ ਸੇਵਾਦਾਰਾਂ ਨੇ ਕਮਾ ਕੇ ਦਿਖਾਇਆ। ਹੱਸ ਕੇ ਕਹਿਣ ਲੱਗੇ, ਤੈਨੂੰ ਹੁਕਮਨਾਮਾ ਭੇਜ ਕੇ ਮੰਗਾਇਆ ਸੀ ਕਿ ਤੇਰੀ ਜ਼ਰੂਰਤ ਲੰਗਰ ਵਿੱਚ ਕਹਿ ਜਾ, ਅੱਜ ਲੰਗਰ ਤੈਨੂੰ ਦੇ ਦਿੱਤਾ, ਜਿੱਥੇ ਤੂੰ ਬਹਿ ਜਾਏਗਾ ਉੱਥੇ ਗੁਰੂ ਨਾਨਕ ਦੀ ਪੰਗਤ ਲੱਗਣ ਲੱਗ ਪਵੇਗੀ। ਲੰਗਰ ਦੀ ਦਾਤ ਦਿੱਤੀ। ਭਾਈ ਮੰਚ ਆਪਣੇ ਨਗਰ ਆਏ, ਕਮਾਲ ਦੀ ਗੱਲ ਉਹੀ ਧਨ ਦੌਲਤ ਲਹਿਰਾਂ ਬਹਿਰਾਂ, ਕਿਸੇ ਚੀਜ਼ ਦੀ ਕਮੀ ਨਾ ਰਹੀ। ਮੈਂ ਬੇਨਤੀ ਕਰਾਂ ਕਿ ਸੇਵਾਦਾਰ ਆਪਣੀ ਮੈਂ ਨੂੰ ਮਾਰ ਦਿੰਦਾ, ਉਹ ਹਾਲਾਤ ਜਰ ਜਾਂਦਾ, ਪਰ ਉਹ ਕਾਹਦਾ ਸੇਵਾਦਾਰ ਜੀ, ਜਿਹੜਾ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਸੇਵਾਦਾਰ ਕਹਿ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਗੁਰ ਕੀ ਆਗਿਆ ਮਨ ਮੈਂ ਸਹਿ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾ, ਦੁੱਖ ਵੀ ਸੁਖ ਮਨਾਈ। ਮਹਾਰਾਜ ਕਹਿੰਦੇ ਨੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਖਰਾ ਨਾਮ ਰਿਦੈ ਸਤ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੱਚ ਇਹ ਵੇ ਕਿ ਬਾਬਾ ਹਰਬੰਸ ਸਿੰਘ ਜੀ ਤੇ ਵੇਖੋ ਦਾਵਾ ਨਹੀਂ, ਇਹ ਬਚਨ ਢੁੱਕਦੇ ਨੇ ਕਿ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਸਮਰਪਿਤ ਕੀਤੀ। ਇੱਕ ਸ਼ਬਦ ਕਹਿ ਕੇ ਦਾਸ ਸਮਾਪਤੀ ਕਰੇਗਾ। ਪਿਆਰਿਓ, ਇੱਕ ਗੱਲ ਹੈ ਲੱਗ ਜਾਣੀ, ਦੂਜੀ ਹੈ ਨਿਭ ਜਾਣੀ। ਦੋਨਾਂ ਦੋ ਸ਼ਬਦ ਧਿਆਨ ਦਿਆ ਜੇ, ਪਿਆਰ ਪ੍ਰੀਤ ਲੱਗ ਜਾਣੀ ਅਤੇ ਫਿਰ ਨਿਭ ਜਾਣੀ। ਲੱਗਦੀ ਬਣਿਆ ਦੀ ਏ, ਪਰ ਨਿਭਦੀ ਕਿਸੇ ਟਾਵੇਂ ਟਾਵੇਂ ਦੀ ਹੈ। ਆਪਾਂ ਪਰਿਵਾਰਾਂ ਵਿੱਚ ਵੀ ਦੇਖਦੇ ਹਾਂ, ਆ ਮਿੱਤਰ ਬਣਾਉਂਦਾ ਬੰਦਾ, ਪਿਆਰ ਲੱਗ ਤਾਂ ਜਾਂਦਾ ਹੈ ਪਰ ਨਿਭਦਾ ਸਾਰਿਆਂ ਦਾ ਨਹੀਂ ਜੇ। ਪ੍ਰੀਤ ਲੱਗ ਜਾਣੀ ਅਤੇ ਨਿਭ ਜਾਣੀ, ਹਾਂ ਇੰਨਾ ਫਰਕ ਹੈ ਕਿ ਦੁਨੀਆਂ ਦੀ ਪ੍ਰੀਤ ਕਦੇ ਲੱਗ ਜਾਏ ਅਤੇ ਉਹ ਮਰਦੇ ਦਮ ਤੱਕ ਨਿਭਦੀ ਏ, ਪਰ ਜਿਹਦੀ ਗੁਰੂ ਨਾਲ ਪ੍ਰੀਤ ਲੱਗ ਜਾਏ ਸੱਚ ਇਹ ਉਹ ਮਰਨ ਤੋਂ ਬਾਅਦ ਵੀ ਨਿਭਦੀ ਹੈ। ਉਸ ਪ੍ਰੀਤ ਦਾ ਸੰਬੰਧ ਮਰਨ ਤੋਂ ਬਾਅਦ ਵੀ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ ਅਤੇ ਖਾਸ ਕਰਕੇ ਉਹ ਬਾਬਾ ਜੀ ਦੇ ਜੀਵਨ ਦੀ ਵਿਆਖਿਆ ਕਰਨ ਲਈ ਬੜਾ ਢੁਕਵਾਂ ਹੈ ਕਿ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ। ਸੇਵਾਦਾਰ ਦੇ ਅੰਦਰ ਹੰਕਾਰ ਨਹੀਂ, ਉਹਦੇ ਅੰਦਰ ਮੋਹ ਨਹੀਂ, ਉਸ ਅੰਦਰ ਲਾਲਚ ਨਹੀਂ। ਉਹਨੇ ਆਪਣੇ ਚਿੱਤ ਨੂੰ ਗੁਰੂ ਤੋਂ ਬਿਨਾਂ ਦੂਜੇ ਵੱਲ ਲਾਇਆ ਵੀ ਨਹੀਂ, ਉਹਦੇ ਅੰਦਰ ਕਿਸੇ ਕਿਸਮ ਦਾ ਵਿਕਾਰ ਵੀ ਨਹੀਂ। ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵੱਖਰ ਲਏ ਚਾਲਿਓ। ਸੇਵਾਦਾਰ ਆਪ ਸਾਰੀ ਜ਼ਿੰਦਗੀ ਨਾਮ ਰਤਨ ਇਕੱਠਾ ਕੀਤਾ, ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭਗੀ ਪ੍ਰੀਤ। ਓੜਕ ਦਾ ਅਰਥ ਅੰਤ ਤੱਕ ਸੇਵਾ ਕਰਨ ਵਾਲੇ ਦਾ ਪਿਆਰ ਨਿਭ ਗਿਆ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਜਿਉਂਦਿਆਂ ਵੀ ਮਾਲਕ ਨੂੰ ਚੇਤੇ ਕੀਤਾ ਅਤੇ ਜਦੋਂ ਸੇਵਾਦਾਰ ਦੁਨੀਆਂ ਤੋਂ ਕੂਚ ਕਰ ਲੱਗਾ, ਸੱਚੇ ਵਿੱਚ ਚੱਲਦੇ ਹੋਏ ਵੀ ਆਪਣੇ ਮਾਲਕ ਨੂੰ ਹੀ ਯਾਦ ਕੀਤਾ। ਇਹ ਹੈ ਸੇਵਾਦਾਰ। ਜੀਵਤ ਸਾਹਿਬ ਸੇਵਿਓ ਆਪਣਾ,
ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ। ਜੋ ਕੁਝ ਮਾਲਕ ਨੇ ਆਗਿਆ ਕੀਤੀ ਸੇਵਾਦਾਰ ਨੇ ਸਤ ਬਚਨ ਕਰਕੇ ਮੰਨਿਆ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌਰਿਓ। ਮੈਂ ਇੱਥੇ ਬੇਨਤੀ ਕਰਾਂ, ਸੇਵਾ ਮਜਬੂਰੀ ਨਹੀਂ, ਜਿਹੜਾ ਮਜਬੂਰੀ ਬਣਾ ਕੇ ਕਰਦਾ ਉਹ ਸੇਵਾ ਨਹੀਂ। ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਆ ਨਾਨਕ ਕਰ ਸਾਰ। ਅਤੇ ਜਿਹੜਾ ਕਹਿ ਜੀ ਮੈਂ ਤਾਂ ਕਰਨਾ, ਇਹ ਮਜਬੂਰੀ ਕਹਿ, ਸੇਵਾ ਮਜਬੂਰੀ ਦਾ ਨਾਮ ਨਹੀਂ, ਸੇਵਾ ਤੇ ਅੰਦਰ ਦੇ ਚਾਹ ਦਾ ਨਾਮ ਹੈ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੂ ਕੋ ਦੌਰਿਓ। ਆਗਿਆ ਮੈਂ ਭੂਖ, ਜੇ ਉਹਦੇ ਹੁਕਮ 'ਚ ਭੁੱਖ ਮਿਲੀ ਉਹਨੂੰ ਸਵੀਕਾਰ ਕੀਤਾ। ਆਗਿਆ ਮੈਂ ਭੂਖ, ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ, ਸੋ ਮਾਥੇ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਖਲਤ ਪਿਲਾਤਾ ਧਨ ਸੇਵਕ, ਸਫਲ ਉਹ ਆਇਆ ਜਿਨ ਨਾਨਕ ਹੁਕਮ ਪਛਾਤਾ। ਜਿਨ੍ਹਾਂ ਨੇ ਆਪਣੇ ਮਾਲਕ ਦੇ ਹੁਕਮ ਨੂੰ, ਸਾਈਂ ਦੇ ਹੁਕਮ ਨੂੰ ਪਹਿਚਾਣ ਲਿਆ, ਸੱਚ ਏਵੇ ਕਿ ਇਹੋ ਜਿਹੇ ਸੇਵਾਦਾਰ ਉਹਨਾਂ ਦਾ ਲੋਕ ਵੀ ਸੁਹੇਲਾ ਹੋ ਜਾਂਦਾ, ਪਰਲੋਕ ਵੀ ਸੁਹੱਲਾ ਹੋ ਜਾਂਦਾ। ਆਓ ਸਾਧ ਸੰਗਤ ਜੀ, ਕਿਉਂਕਿ ਜਦੋਂ ਵੀ ਕੋਈ ਗੁਰਮੁਖ ਪਿਆਰਾ ਕਰਨੀ ਕਮਾਣੀ ਵਾਲਾ, ਬੰਦਗੀ ਕਰਨ ਵਾਲਾ, ਉਹਦਾ ਜ਼ਿਕਰ ਚੱਲੇ ਤਾਂ ਉਹਦਾ ਫਾਇਦਾ ਤਾਂ ਹੈ ਜੇ ਆਪਾਂ ਵੀ ਜ਼ਿੰਦਗੀ ਵਿੱਚ ਕੁਝ ਕਮਾ ਸਕੀਏ। ਬਾਬਾ ਹਰਬੰਸ ਸਿੰਘ ਜੀ ਦੀ ਯਾਦ ਨੂੰ ਅੱਜ ਦੇ ਇਹ ਗੁਰਮਤਿ ਦੀਵਾਨ ਸਮਰਪਿਤ ਨੇ। ਦੂਸਰੀ ਬੇਨਤੀ ਕਿ ਦੇਖੋ, ਸਿੱਖੀ ਬੜੀ ਵੱਡੀ ਮਾਲਕ ਦੀ ਇੱਕ ਦਾਤ, ਜੇ ਲਾਲਚ ਦੀ ਖਾਤਰ, ਤਮੇ ਦੀ ਖਾਤਰ। ਸ਼ਾਇਦ ਤੁਸੀਂ ਇਤਿਹਾਸ ਪੜ੍ਹ ਰਹੇ ਹੋ, ਪੰਜਾਬ ਦੀ ਉਹ ਘਟਨਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨੂੰ ਫਾਂਸੀ ਦਾ ਹੁਕਮ ਹੋਇਆ ਹੈ, 31 ਤਰੀਕ ਨੂੰ 9 ਵਜੇ ਉਹਨੂੰ ਫਾਂਸੀ ਲੱਗਣੀ ਹੈ। ਅੱਜ ਨਵੀਂ ਰਿਪੋਰਟ ਸੀ ਕਿ ਉਹਨੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰ ਦਿੱਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਐਸਾ ਨਾ ਲਫ਼ਜ਼ ਕਿਹੋ ਜਿਹਦੇ ਨਾਲ ਤਖਤ ਅਤੇ ਸਿੱਖ ਦਾ ਸਿਰ ਝੁਕੇ। ਮੈਨੂੰ ਮੌਤ ਪ੍ਰਵਾਨ ਹੈ, ਮੈਂ ਸਿੱਖ ਦਾ ਸਿਰ ਝੁਕਿਆ ਹੋਇਆ ਨਹੀਂ ਦੇਖ ਸਕਦਾ। ਅੱਜ ਵੀ, ਕਿਉਂਕਿ ਕੱਲ੍ਹ ਨੂੰ ਉੱਥੇ ਮੀਟਿੰਗ ਸੀ। ਦੇਖੋ, ਸਿੱਖੀ ਦੀ ਐਡੀ ਵੱਡੀ ਦਾਤ ਹੈ। ਮੈਂ ਬੇਨਤੀ ਕਰਾਂਗਾ ਕਿ ਕੋਈ ਖੱਬੇ ਸੱਜੇ, ਕਿਉਂਕਿ ਧਰਮ ਕਨਵਰਟ ਕਰਨ ਵਾਲੇ ਵੀ ਬੜੇ ਲੋਕ ਤੁਰੇ ਫਿਰਦੇ ਆ। ਮੈਂ ਇੱਕ ਅਰਜ਼ ਕਰਾਂ, ਲਾਲਚ ਦੀ ਖਾਤਰ ਕਿਸੇ ਦੂਜੇ ਪਾਸੇ ਤੁਰ ਪੈਣਾ ਬੰਦਾ ਕਿਸੇ ਦਾ ਵੀ ਨਹੀਂ ਜੇ ਰਹਿੰਦਾ। ਲਾਲਚ ਦਾ ਅਤੇ ਧਰਮ ਦਾ ਸੰਬੰਧ ਕੀ? ਧਰਮ ਦਾ ਸੰਬੰਧ ਤਾਂ ਸਿਰ ਦੇਣ ਦੇ ਨਾਲ ਹੈ। ਮੇਰੇ ਗੁਰੂ ਨੇ ਇਹ ਤਾਂ ਨਹੀਂ ਕਿਹਾ ਤੂੰ ਧਰਮ ਨੂੰ ਕਮਾ, ਤੈਨੂੰ ਕਰੋੜਾਂ ਪਤੀ ਬਣਾਗਾ। ਉਹਨਾਂ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਲੋੜ ਹੈ ਆਪਾਂ ਸਿੱਖੀ ਨੂੰ ਧਾਰਨ ਕਰੀਏ, ਧੰਨ ਗੁਰੂ ਕਲਗੀਧਰ ਜੀ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿਮਰਨ ਸੇਵਾ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕੀਏ। ਇੰਨੀਆਂ ਬੇਨਤੀਆਂ ਆਪ ਜੀ ਸਵੀਕਾਰ ਕਰਿਓ, ਕਿਉਂਕਿ ਵਕਤ ਭਾਵੇਂ ਸਨਮਾਨਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਹੁਣਾਂ ਦਾ ਸੀ, ਮੈਂ ਇਹਨਾਂ ਦਾ ਧੰਨਵਾਦੀ ਹਾਂ, ਕਿਉਂਕਿ ਸਵੇਰੇ ਬੰਗਲਾ ਸਾਹਿਬ ਕਥਾ ਕਰਨੀ ਹੈ। ਇਸ ਕਰਕੇ ਆਪ ਜੀ
ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਭਾਈ ਆਰ ਪੀ ਸਿੰਘ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਆਪ ਜੀ ਨੇ ਇਸੇ ਤਰ੍ਹਾਂ ਟਿਕ ਕੇ, ਮੇਰੀ ਬੇਨਤੀ ਹੈ ਕਿ ਸਤਿਗੁਰੂ ਕੇ ਕੀਰਤਨੀਏ, ਉਹਨਾਂ ਤੋਂ ਕੀਰਤਨ ਸਰਵਣ ਕਰਨਾ ਜੀ, ਦਾਸ ਨੂੰ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।